ਭਾਜੀ ਦੇਖ ਲਓ ਜਿਹੜੀ ਦੇਖਣੀ ਆ। ਔਰ ਚੱਲ ਵੀਰ ਓਏ ਗੱਡੀ ਅੰਦਰ ਲਾ, ਬਾਕੀ ਜਿਹੜੀ ਆ ਭਾਜੀ ਸਾਫ਼ ਸੁਥਰਾ ਪੀਸ ਆ, ਸਾਫ਼ ਸੁਥਰਾ ਝਾੜੂ ਦੇ ਕੇ ਹਟੇ, ਸਾਫ਼ ਸੁਥਰਾ ਨਹੀਂ ਨਹੀਂ ਸਾਫ਼ ਸੁਥਰੀ ਆ ਭਾਜੀ, ਬੰਪਰ ਟੂ ਬੰਪਰ ਜੈਨੂਅਨ ਆ, ਟਾਇਰ ਵੇਖ ਲਓ, ਅੰਦਰ ਬਹਿ ਕੇ ਤਸੱਲੀ ਕਰ ਲਓ। ਕੀ ਬੈਠਕ ਹੈ ਅੰਦਰ ਬਹਿ ਕੇ ਤਸੱਲੀ ਕਰ ਲਵਾਂ ਭਾਜੀ? ਭਾਜੀ ਤੁਸੀਂ ਗੱਡੀ ਲੈਣ ਆਏ, ਬੈਠਕ ਮਕਾਨ ਲੈਣ ਆਏ, ਕੈਸੀ ਗੱਲ ਕਰੀ ਜਾਂਦੇ? ਦੇਖ ਲਓ ਅੰਦਰ ਬਹਿ ਜਾਓ ਤੁਸੀਂ, ਅੱਲਾ ਮਾਫ਼ੀ ਅਸੀਂ ਚੋਰੀ ਪਾ ਦੇਣੀ ਤੁਹਾਡੇ 'ਤੇ, ਬਹਿ ਜਾਓ ਬਹਿ ਕੇ ਵੇਖ ਲਓ। ਨਹੀਂ ਅੰਦਰ ਪਾਇਓ, ਬੱਚਾ ਬੋਤਲ ਲੈਣ ਭੇਜਿਆ? ਬੱਚਾ ਬੋਤਲ ਲੈਣ ਭਾਜੀ, ਤੁਸੀਂ ਸਰਵੋਦੇ ਹੋ ਆਏ ਆ, ਨਾਲ ਜਾਏ ਬੈਠੋ ਜ਼ਰਾ। ਅੱਗੇ ਤੁਹਾਡੇ ਭਾਈ ਵੀ ਸਾਡੇ ਕੋਲ ਲੈ ਗਿਆ ਗੱਡੀ, ਸਦੀਕ ਉਹ ਤੁਹਾਡੇ ਕੋਲ ਲੈ ਕੇ ਗਿਆ? ਹਾਂ, ਉਹ A1 ਰੈਸਟੋਰੈਂਟ ਵਾਲਾ, ਆਏ ਨੇ ਫੂਡ, A1 ਫੂਡ ਵਾਲੇ ਭਾਈ ਆ ਵੱਡੇ, ਉਹ ਗੱਡੀ ਇੱਥੋਂ ਲੈ ਕੇ ਜਾਂਦੇ ਸਾਡੇ ਕੋਲ। ਆਹ ਤੀਸਰੀ ਗੱਡੀ ਜਿਹੜਾ ਲੈ ਕੇ ਗਿਆ ਭਾਈ, ਉਹ ਸਿਟੀ ਖੜੀ ਆ ਭਾਜੀ, ਬਹੁਤ ਅੱਛੀ ਗੱਡੀ ਹੈ, ਆਹ ਮੈਂ ਵੇਖ ਕੇ ਆਇਆ ਭਾਜੀ। ਹਾਂਜੀ, ਇਹਦਾ ਹੁਣ ਕੀ ਡਿਮਾਂਡ ਕੀ ਇਹਦੀ? ਇਹਦੀ ਭਾਜੀ ਤੁਹਾਡੇ ਕੋਲ 20 ਆ, ਹੈਂ 20 ਲੈ ਲਾਂਗੇ ਤੁਹਾਡੇ ਕੋਲ। ਤੇ ਕਾਗਜ਼ ਜੈਨੂਅਨ ਇਹਦੇ? ਜੈਨੂਅਨ ਅਰਜੀਤ ਭਾਜੀ, ਅਸੀਂ 2 ਨੰਬਰ ਕੀਤੀ ਨਹੀਂ ਕਰੀ ਭਾਜੀ, ਸਾਡਾ ਇਹ ਕੰਮ ਹੀ ਨਹੀਂ ਸਾਡਾ। ਅੱਛਾ ਜੀ, ਹਾਂ ਬੜੀ ਅੱਛੀ ਗੱਲ ਆ, ਸਾਹਮਣੇ ਲੱਗ ਕੇ ਚੀਜ਼ ਦੇਣੀ ਆ, ਤੁਸੀਂ ਵੇਖ ਲਓ, ਅੱਲਾ ਦੀ ਮਿਹਰਬਾਨੀ ਨਾਲ 2 ਨੰਬਰੀ ਆਪਾਂ ਨਹੀਂ ਕਰਦੇ। ਚੰਗੀ ਗੱਲ ਆ ਭਾਜੀ, ਤੁਹਾਡਾ ਨਾਮ ਵੀ ਮਾਰਕੀਟ 'ਚ ਇਸ ਲਈ। ਹਾਂ, ਮਾਲਕ ਨੇ ਰਿਜ਼ਕ ਦੇਣਾ ਆ, ਉਹ ਹੱਕ ਲਾਲ 'ਚ ਮਿਲ ਜਾਣਾ ਭਾਜੀ, ਕੋਈ ਜ਼ਰੂਰੀ ਨਹੀਂ ਹੈ ਭਾਜੀ। ਤਾਂ ਕੀ ਆ ਦਾ ਕੀ ਮੰਗ ਰਹੇ ਹੋ? ਹਾਂਜੀ, ਕੀ ਆ ਦਾ ਕੀ ਮੰਗ ਰਹੇ ਹੋ? ਦੇਖ ਲਓ ਪਹਿਲਾਂ ਚੰਗੀ ਤਰ੍ਹਾਂ, ਓਏ ਮੁੰਡਿਆ ਆ ਦਿਖਾ ਭਾਜੀ ਨੂੰ ਗੱਡੀ। ਤੁਹਾਨੂੰ ਸੰਗਣ ਲੱਗਾ ਕੁਰਸੀ ਨਾਲ? ਦਿਖਾ ਜਾ, ਨਾਲੇ ਰੇਟ ਦੱਸ ਇਹਨਾਂ ਨੂੰ। 65 ਦੀ ਅੰਦਰੋਂ ਪੋਜੀਸ਼ਨ ਕੈਸੀ ਹੈ ਜੀ? ਅੰਦਰੋਂ ਪੋਜੀਸ਼ਨ ਭਾਜੀ ਠੀਕ ਹੈ, ਬਹਿ ਕੇ ਵੇਖ ਲਓ, ਤੁਹਾਨੂੰ ਕੜੀ ਲੱਗੀ ਆ ਵੀ ਅੰਦਰ ਬਹਿ ਕੇ ਵੇਖ ਲਓ, ਆ ਵੀ ਤੁਹਾਡੇ ਨਾਲ ਪੁਲਿਸ ਆਈ, ਤੁਹਾਨੂੰ ਡਾਲੇ 'ਚ ਬਿਠਾ ਲੈਣਾ, ਤਸੱਲੀ ਨਾਲ ਬਹਿ ਕੇ ਵੇਖ ਲਓ ਜਿਹੜੀ ਜਿਹੜੀ ਚੀਜ਼ ਦੇਖ। ਭਾਜੀ ਤੁਸੀਂ ਕਹਿ ਤਾ ਤਸੱਲੀ ਤਸੱਲੀ ਆ, ਅਸੀਂ ਤੁਹਾਡੇ ਤੋਂ ਅੱਗੇ ਗੱਡੀ ਲਗਾਏ ਤੇ ਹੈਗੇ ਆ, ਤੇ ਤੁਹਾਨੂੰ ਮੈਂ ਕਿਹਾ ਤੁਸੀਂ ਬੇਫਿਕਰ ਹੋ ਕੇ ਵੇਖੋ, ਬਸ ਪਸੰਦ ਕਰੋ ਬਾਕੀ ਕਰ ਲੈਂਦੇ। ਆ ਬਿੱਲੀ ਕਿੰਨੇ ਦੀ ਇਹ ਵੀ ਵੇਚ ਰਹੇ ਹੋ? ਹੈ, ਬਿੱਲੀ ਦੌੜ ਗਈ, ਬਿੱਲੀ ਜਾਣ ਲੱਗੇ ਨਾਲ ਲੈ ਜਾਣਾ, ਆ ਜਦੋਂ ਵੱਡੀ ਹੋ ਗਈ ਅੱਗੇ ਵਿਆਹ ਦੇਣਾ ਤੁਸੀਂ। ਤੇ ਭਾਜੀ ਉਹ ਜਿਹੜੀ GLI ਉਹ ਕਿੰਨੇ ਦੀ ਆ? GLI ਕਿੱਥੇ ਆ? ਉਹ 35-35। ਆਹ, ਉਹ ਵੀ ਤੁਹਾਡੇ ਕੋਲ ਭਾਜੀ, ਮੁੰਡੇ ਨੇ 35 ਕਹਿਤਾ, ਵੈਸੇ 37 ਦੀ ਗੱਲ ਹੋਣ ਡਈ ਸੀ ਹੁਣ। ਤੇ ਬੈਲੈਂਸ ਮੁੱਕ ਗਿਆ ਸੀ, ਕਰ ਲੈਣੀ ਸੀ? ਨਹੀਂ ਬੈਲੈਂਸ ਮੁੱਕ ਗਿਆ ਭਾਜੀ, ਅਸੀਂ ਕਿਤੇ ਸਰਗੋਧੇ ਗੱਲ ਕਰਨ ਡਏ ਸੀ। ਅੱਛਾ, ਮੈਂ ਕਿਹਾ ਕਿਤੇ ਗੱਲ ਹੋ ਰਹੀ ਸੀ। ਆ ਵੀ ਭਰਾ ਸਾਡਾ ਕਹਿੰਦੀ ਸੀ ਜੇਲ੍ਹ 'ਚ ਗੱਲ ਕਰਨ ਡਏ ਸੀ, ਗੱਲ ਗੱਡੀਆਂ ਦੀ ਹੋਣ ਡਈ, ਚੁੱਕ ਕੇ ਤੁਸੀਂ ਹੋਰ ਪਾਸੇ ਲੈ ਜਾਂਦੇ ਹੋ। 30-20 ਦਾ ਕੀ ਮੰਗ ਰਹੇ ਹੋ? ਹੈ, 30-20 ਦਾ ਕੀ ਮੰਗ ਰਹੇ? ਇਹਦਾ ਭਾਜੀ ਇੰਨਾ ਹੀ ਆ, ਘੱਟ ਵੱਧ ਨਹੀਂ ਹੈ। ਅਰੇ ਆਹ ਜਿਹੜਾ ਸੈਂਟਰ ਦੇਖ ਲਓ ਇੱਕ ਵਾਰੀ, ਕਦੀ ਤੁਸੀਂ GLL ਆ ਜਾਂਦੇ, ਕਦੀ ਕਿਤੇ ਆ, ਸਾਡਾ ਪਤਾ ਨਹੀਂ ਲੱਗਣਾ ਵੀ ਤੁਸੀਂ ਲੈਣੀ ਕਿਹੜੀ ਆ ਭਾਜੀ। ਬਾਰੇ 'ਚ ਜਿਹੜੀ ਲੱਗੀ, ਬਾਰੇ 'ਚ ਜਿਹੜੀ ਆਉਣੀ ਭਾਜੀ, ਯਕਦਮ ਤੁਸੀਂ ਸੈਂਟਰ ਉੱਤੇ ਆ ਗਏ ਹੋ, ਗੱਡੀ ਵੱਡੀ ਤੁਸੀਂ ਦੇਖਣ ਡਏ, ਯਕਦਮ ਤੁਸੀਂ 4-5 ਲੱਖ 'ਤੇ ਆ ਗਏ ਹੋ ਭਾਜੀ। ਦੇਖਣ 'ਚ ਪੁੱਛਣ 'ਚ ਹਰਜ ਤਾਂ ਕੋਈ ਨਹੀਂ, ਹਰਜ ਨਹੀਂ, ਤੁਹਾਨੂੰ ਦੱਸਤਾ ਫਿਰ ਜਾਓ, ਉਹ ਹੀ ਪੁੱਛੀ ਜਾਓ, ਗੱਡੀ ਤੁਸੀਂ ਵੱਡੀ ਪੁੱਛਦੇ ਕਰਾਚੀ ਦਾ ਖੋਲੇ ਵਾਲੇ ਉੱਤਰ ਜਾਂਦੇ ਤੁਸੀਂ ਭਾਜੀ, ਤੁਸੀਂ ਗਰਮ ਗੱਲ ਹੀ ਹੋਣ। ਗਰਮ ਨਹੀਂ ਭਾਜੀ, ਤੁਸੀਂ ਗੱਲ ਇੱਦਾਂ ਨਹੀਂ ਕਰ ਰਹੇ, ਤੁਹਾਨੂੰ ਵੱਡੀ ਗੱਡੀ ਦਿਖਾਉਣ ਡਏ, ਤੁਸੀਂ ਯਕਦਮ ਸੈਂਟਰ ਉੱਤੇ ਆ ਗਏ। ਤੇ ਵੀ ਛੋਟੀ ਦਿਖਾਤੀ, ਮੈਂ ਉੱਥੇ ਛੋਟੀ, ਤੁਸੀਂ ਫਿਰ ਉੱਥੋਂ ਲੈ ਲਓ, ਲੈ ਲੈਂਦੀ ਆ ਵੀ ਉਹਦੇ ਬੱਚੇ ਜਿਹੜੇ ਖੇਡਦੇ ਉਹ ਲੈ ਲਓ ਗੱਡੀ, ਤੁਹਾਡਾ ਕਾਦਾ ਤੁਹਾਨੂੰ ਪੂਰੀ ਮਿਲ ਜਾਣੀ ਉੱਥੇ। ਭਾਜੀ ਨੇ ਤਾਂ ਕਿਹਾ ਸੀ ਤੁਹਾਡੇ ਨਾਲ ਤਾਵਨ ਕਰਨਗੇ, ਤਾਵਨ ਤੁਹਾਨੂੰ ਇਹ ਵੀ ਤੁਸੀਂ ਗੱਡੀ ਵੇਖੋ ਭਾਜੀ, ਤੁਸੀਂ ਤਾਂ ਛੋਟੀ ਯਕਦਮ ਵੀ ਵੇਖਣ ਲੱਗ ਪਏ, ਯਾਰ ਛੋਟੀ ਵੇਖ ਲਓ। ਉਹ ਰੇਟ ਹੀ ਪੁੱਛਿਆ ਮੈਂ, ਰੇਟ ਤੁਹਾਨੂੰ ਦੱਸਤਾ, ਉਹਦਾ ਤਾਂ ਦੱਸਿਆ ਨਹੀਂ ਤੁਸੀਂ, ਦੱਸ ਮੁੰਡਿਆ ਇਹਨਾਂ ਨੂੰ।
7.5 ਦੀ ਕਿਹੜਾ ਮਾਡਲ ਆ ਇਹ? 8 ਮਾਡਲ ਆ। ਹਾਂ ਨਹੀਂ ਸਹੀ ਹੈ ਤੇ ਕਲਰ ਇਹਦਾ ਜੈਨੂਇਨ ਆ? ਚਾਦਰ ਤਾਂ ਮਜ਼ਬੂਤ ਹੈ ਜੀ, ਪਰ ਤੇ ਭਾਜੀ ਇਹਦਾ ਕਲਰ ਪੱਕੀ ਗੱਲ ਆ ਜੈਨੂਇਨ? ਜੈਨੂਇਨ ਇਹ ਕਿਹੜੀ ਰਾਤੀ ਸਫੈਦੀ ਕਰਵਾਈ ਹੈ ਭਾਜੀ? ਆ ਵੀ ਸਫੈਦੀ ਕਰਵਾ ਕੇ ਹਟੇ ਆ ਜੇ ਡੱਬੇ ਸਾਡੇ ਕੋਲ ਪਏ ਆ। ਜਿਹੜਾ ਜੈਨੂਇਨ ਕਲਰ ਪਿੱਛੋਂ ਆਇਆ ਉਹ ਕਲਰ ਹੀ ਹੈ ਭਾਜੀ। ਪਿੱਛੋਂ ਕਿੱਥੋਂ ਆਇਆ ਭਾਜੀ? ਹਾਂ ਪਿੱਛੋਂ ਜਿਹਨੇ ਗੱਡੀ ਦਿੱਤੀ ਆਹ ਦੇਖ ਲਓ। ਹਾਂ ਤੇ ਵੈਸੇ ਮੈਨੂੰ ਐ ਪਸੰਦ ਆ ਭਾਜੀ। ਭਾਜੀ ਗੱਡੀ ਤੁਹਾਨੂੰ ਤੁਸੀਂ ਵੇਖੋ ਰਸੇ ਸਾਫ ਸੁਥਰੀ ਗੱਡੀ ਆ। ਹਾਂ ਨਹੀਂ ਸਹੀ। ਹਾਂਜੀ ਦੇਖੋ ਹਰ ਚੀਜ਼ ਜੈਨੂਇਨ ਭਾਜੀ। ਤੇ ਏਸੀ ਇਹਦਾ ਭਾਜੀ? ਏਸੀ ਭਾਜੀ ਵਿੱਚ ਹੀ ਲਗਾਇਆ, ਛੱਤ ਥੋੜਾ ਲੱਗਾ ਹੁੰਦਾ ਉਸ। ਏਸੀ ਚਲਾਓ, ਸਟਾਰਟ ਕਰੋ। ਨਹੀਂ ਨਹੀਂ ਮੈਂ ਪੁੱਛ ਰਿਹਾ ਕੂਲਿੰਗ ਪੂਰੀ ਭਾਜੀ ਤੁਸੀਂ ਵਿੱਚ 5 ਮਿੰਟ ਬਹਿ ਕੇ ਦਿਖਾਓ ਮੈਨੂੰ, ਤੁਹਾਨੂੰ ਮਜ਼ਾ ਆਏਗਾ ਏਸੀ ਦਾ। ਅੱਛਾ ਏਸੀ ਵੈਰੀ ਗੁੱਡ। ਹਾਂ ਅਲਹਮਦੁਲਿਲਾ। ਪਤਾ ਕੀ ਹੈ ਬੱਚੇ ਤੁਹਾਨੂੰ ਪਤਾ ਅੱਜ ਕੱਲ੍ਹ ਤਾਂ ਬਗੈਰ ਏਸੀ ਤੋਂ ਨਹੀਂ ਰਹਿੰਦੇ ਭਾਜੀ। ਮੈਂ ਬੱਚੇ ਸੜੇ ਆ ਵੀ ਬਗੈਰ ਏਸੀ ਤੋਂ ਨਹੀਂ ਰਹਿੰਦੇ, ਵੀ ਛਾਲੇ ਨਿਕਲੇ ਆ ਬੱਚਿਆਂ ਦੇ। ਨਹੀਂ ਨਹੀਂ ਗੱਡੀ 'ਚ ਏਸੀ ਨਹੀਂ, ਕਿਸੇ ਟਾਈਮ ਮਤਲਬ ਬਾਹਰ ਅੰਦਰ ਫਿਰਦਾ। ਹੁਣ ਬਾਹਰ ਅੰਦਰ ਏਸੀ ਤਾਂ ਨਹੀਂ ਨਾ ਬਗਲ 'ਚ ਲਵਾਈ ਫਿਰਨਾ, ਆਹ ਤੁਹਾਡੇ ਸਾਹਮਣੇ ਆ। ਆ ਬੈਠੋ ਜਰਾ, ਤੁਹਾਨੂੰ ਏਸੀ ਚਲਾ ਕੇ ਦਿਖਾਉਣਾ, ਤੁਸੀਂ ਕਹੋਗੇ ਵਾਰੇ ਵਾਰ। ਨਹੀਂ ਚੈੱਕ ਕਰ ਲੈਣਾ ਚੈੱਕ। ਇੰਜਣ ਕਿੱਦਾਂ ਭਾਜੀ? ਇੰਜਣ ਉਦਾਂ ਹੀ ਆ ਭਾਜੀ ਜਿੱਦਾਂ ਹੈਗਾ। ਇੰਜਣ ਦਿਖਾ ਮੁੰਡਿਆ, ਮਾੜੀ ਜਿਹੀ ਕੰਡੀਸ਼ਨ ਤੇ ਦਿਖਾਓ ਜਰਾ ਅੰਦਰੋਂ ਕੀ ਹਾਲ ਆ। ਇੰਜਣ ਕੋਲ ਕੋ ਦਿਖਾ ਭਾਜੀ, ਸਾਫ ਸੁਥਰਾ ਆ, ਅਸੀਂ ਤੁਹਾਨੂੰ ਕਹਿਣ ਜੋ ਲਏ ਆ ਭਾਜੀ। ਤੁਸੀਂ ਤਾਂ ਕਹਿਣ ਡਏ ਸੀ ਵੀ ਭਾਜੀ, ਭਾਜੀ ਸਦੀਕ ਸਾਡੇ ਕੋਲ ਲੈ ਕੇ ਜਾਂਦੇ, ਤੀਸਰੀ ਗੱਡੀ ਲੈ ਕੇ ਗਏ ਆ। ਅਲਹਮਦੁਲਿਲਾ ਕਦੀ ਅਲਾਮਾ ਨਹੀਂ ਆਇਆ ਸਾਡਾ। ਅੱਛਾ ਜੀ, ਐ ਖੋਲ ਕੇ ਵੇਖੋ ਜਰਾ ਇੰਜਣ ਦਿਖਾ ਭਾਜੀ ਨੂੰ। ਕੋਈ ਨਹੀਂ ਦੇਖੋ, ਜੈਨੂਇਨ ਭਾਜੀ ਹਰ ਚੀਜ਼ ਆ। ਅੱਛਾ ਜੀ, ਹਾਂ ਪਰੇਸ਼ਾਨ ਨਾ ਹੋਵੋ ਭਾਜੀ। ਅੰਦਰੋਂ ਜੰਗ ਜੁੰਗ ਵੀ ਲੱਗਾ ਹੈ? ਇੱਧਰ ਆਓ ਜਰਾ ਮਾੜਾ ਜਿਹਾ। ਕੀ ਲੱਗਾ? ਆਹ ਦੇਖੋ, ਇਹ ਜੰਗ ਵੀ ਲੱਗਾ ਇੱਧਰ। ਜੰਗ ਭਾਜੀ ਇੰਨਾ ਕੁ ਲੱਗ ਜਾਂਦਾ, ਤੁਸੀਂ ਬੱਚੇ ਲੈ ਕੇ ਵਿੱਚ ਰਹਿਣਾ ਜਾਂ ਗੱਲ ਤੇ? ਇੰਜਣ ਨੇ ਚੱਲਣਾ ਕਿਹੜਾ, ਤੁਸੀਂ ਚੱਲਣਾ ਹੈ? ਨਹੀਂ ਨਹੀਂ ਇਹ ਜੰਗ ਲੱਗਾ ਮੈਂ। ਉਹ ਜੰਗ ਲੱਗਾ ਆ, ਪੱਤਰੀ ਆ, ਬਦਲ ਦਿੰਦੇ ਭਾਜੀ। ਇਹਦਾ ਬੈਲਟ ਵੀ ਖਰਾਬ ਲੱਗਦਾ। ਬੈਲਟ ਜਿਹੜਾ ਤੁਸੀਂ ਪੈਂਟ 'ਚ ਪਾਉਣਾ ਆ, ਉੱਥੇ ਬੈਲਟ ਹੈਗਾ, ਬੈਲਟ ਬਦਲ ਜਾਂਦਾ ਆ। ਬੈਲਟ ਕਿਹੜਾ ਕੋਈ ਐਡਾ ਮਹਿੰਗਾ ਆ ਜਾਂਦਾ? ਸਹੀ, ਤੇ ਐਵਰੇਜ ਕੀ ਹੈ ਇਹਦੀ ਭਾਜੀ? 10-12 ਹੋਣੀ ਹੋਰ ਵੀ। 10-12? ਹਾਂ, ਐਵਰੇਜ ਹੋਰ ਅੱਛੀ ਹੋਣੀ ਚਾਹੀਦੀ ਹੈ। ਐਵਰੇਜ ਹੋਰ ਅੱਛੀ ਹੋਣੀ ਚਾਹੀਦੀ। ਜਦੋਂ ਮਿਲਦੀ ਹੈ ਵੀ ਛਾਪਰ 'ਚ ਪਾ ਕੇ ਤੁਹਾਨੂੰ ਲਿਆ ਦਈਏ, ਇਹਦੇ ਵਿੱਚ ਪਾ ਲਓ ਤੁਸੀਂ। ਨਹੀਂ ਨਹੀਂ ਹੁੰਦੀਆਂ ਨਾ ਬਾਜ਼ ਗੱਡੀਆਂ ਵੀ ਜ਼ਿਆਦਾ, 15-16 ਵੀ ਕਰ ਜਾਂਦੀਆਂ। ਨਹੀਂ ਭਾਜੀ ਇਹ ਇੱਥੇ ਤੱਕ ਹੀ ਜਿੱਦਾਂ ਦੱਸੋ। ਤੁਹਾਨੂੰ ਅੱਛੀ ਐਵਰੇਜ ਵਾਲੀ ਦਿਖਾਓ ਜੀ ਭਾਜੀ। ਅੱਛੀ ਆ, ਕੂੜੇ ਚੁੱਕ ਕੇ ਦਿਖਾਉਣ ਡਏ ਤੁਹਾਨੂੰ, ਕੈਸੀ ਗੱਲ ਕਰੀ ਜਾਂਦੇ? ਗੱਡੀ ਲੱਗੀ ਆ, ਤੁਸੀਂ ਵੇਖ ਲਓ। ਲੈ ਨਹੀਂ, ਗੱਡੀ ਤਾਂ ਠੀਕ ਹੈ ਲੇਕਿਨ ਤੁਹਾਡਾ ਮਾੜਾ ਜਿਹਾ, ਮੈਂ ਐਵਰੇਜ ਵੱਲੋਂ ਪਰੇਸ਼ਾਨ। ਕੋਈ ਐਵਰੇਜ ਅੱਛੀ ਹੋਵੇ ਨਾ ਗੱਡੀ ਦੀ ਤੇ ਫਿਰ ਭਾਜੀ ਕੋਈ ਗੱਲ ਬਣਦੀ ਹੈ। ਐਵਰੇਜ ਅੱਛੀ ਹੈ ਭਾਜੀ, ਹੋਰ ਵੇਖ ਲਓ ਪਿੱਛੇ ਗੱਡੀਆਂ ਲੱਗੀਆਂ। ਆਹ ਵੇਖੀ ਅੱਗੇ, ਠੀਕ ਹੈ, XLI ਖੜੀ ਹੈ। ਆਹ ਗੱਡੀਆਂ ਬਾਹਰ ਲੱਗੀਆਂ, ਉਹ ਦੇਖ ਲਓ। ਬਾਹਰ ਕਿਤੇ ਕੱਟ ਕੇ ਲਾਈਆਂ? ਓਏ ਆਹ ਸਾਹਮਣੇ ਭਾਜੀ ਗੱਡੀਆਂ ਹੀ ਲੱਗੀਆਂ, ਉਹ ਰੇੜੀਆਂ ਲਾਈਆਂ ਹੈ, ਉਹਨਾਂ 'ਚ ਵੇਖ ਲਓ। ਨਹੀਂ ਭਾਜੀ ਉਹ ਵੀ ਮੈਂ ਵੇਖੀਆਂ, ਬਾਕੀ ਇੱਕ ਐਵਰੇਜ ਅੱਛੀ ਹੋਣੀ ਚਾਹੀਦੀ। ਐਵਰੇਜ ਫਿਰ ਇੰਜੀ ਆ ਭਾਜੀ, ਤੀਆਂ ਨੇ ਤੇਲ ਪਾ ਦਿੰਦੇ ਆ, ਤੁਸੀਂ ਕਰਾਚੀ ਹੋਏ ਹੋ ਯਾਰ। ਕਿਹੜਾ ਆਹ ਐਵਰੇਜ, ਤੁਸੀਂ ਕਿੰਨੀ ਕੁ ਐਵਰੇਜ ਅੱਛੀ ਹੋਣੀ ਚਾਹੀਦੀ ਹੈ? ਐਵਰੇਜ ਅੱਛੀ ਹੋਵੇ, ਐਵਰੇਜ ਅੱਛੀ ਹੋਵੇ, ਫਿਰ ਇਹ ਹੀ ਆ ਵੀ ਤੇਲ ਪਾ ਲਓ ਬੀਆਂ ਦਾ ਜਿੱਥੋਂ ਮਰਜ਼ੀ ਫਿਰੇ ਆਓ। ਕੈਸੀ ਗੱਲ ਕਰੀ ਕੀ ਗੱਲ ਹੋਈ? ਆਹ ਵੈਗਨਾਰ ਲੈ ਲਓ, 18 ਮਾਡਲ ਆ ਭਾਜੀ। ਵੈਗਨਾਰ ਹੈਗੀ ਅੱਗੇ ਹੈ? ਵੈਗਨਾਰ ਹੈਗੀ, ਵੈਗਨਾਰ ਉਹ ਹੋਂਡਾ ਸਿਟੀ ਲੈ ਲਓ। ਸਿਟੀ ਮੈਂ ਵੇਖੀ ਅੱਗੇ, ਮੈਨੂੰ ਪਸੰਦ ਨਹੀਂ ਆਈ। 27-28 ਤੱਕ ਤੁਹਾਨੂੰ ਦੇ ਦਿੰਦੇ ਆ, ਲੈ ਲਓ। ਅੱਛਾ ਜੀ, ਹਾਂ ਸੋਹਣੀ ਗੱਡੀ ਹੈ। ਐਵਰੇਜ ਉਹਦੀ ਕੈਸੀ? ਹਾਂ ਉਹਦੀ ਐਵਰੇਜ ਠੀਕ ਆ, ਨੇ ਕਲਰ ਵੀ ਠੀਕ ਆ ਉਹਦਾ। ਹਾਂਜੀ ਹਾਂਜੀ ਸਹੀ ਹੈ, ਸਹੀ ਐਵਰੇਜ ਬਹੁਤ ਅੱਛੀ ਭਾਜੀ। ਗੱਡੀਆਂ ਤਾਂ ਮਾਸ਼ਾਅੱਲਾ ਹੈਗੀਆਂ ਤੁਹਾਡੇ ਕੋਲ।
ਤੇ ਉਹ ਜਿਹੜੀ ਬਾਹਰ ਲੱਗੀ ਆ ਪਾਣੀ ਪੀਓ, ਉਹ ਪਾਈ ਕੀ ਤਕਲਫ ਕਰ, ਕੋਈ ਗੱਲ ਨਹੀਂ ਭਾਜੀ ਪਾਣੀ ਪੀਓ, ਤੁਸੀਂ ਵੀ ਪੀਓ ਮਿਹਰਬਾਨੀ ਭਾਈ। ਵੈਰੀ ਗੁੱਡ ਯਾਰ, ਮੋਟਰਸਾਈਕਲ ਵੀ ਖਲੋਤੇ ਆਪਣੇ ਕੋਲ ਵੇਚਣ ਵਾਸਤੇ? ਹਾਂ, ਪਾਰਟ ਟਾਈਮ ਤੇ ਅਸੀਂ ਅਖਬਾਰਾਂ ਸਿੱਟਦੇ ਦੁਕਾਨਾਂ ਤੇ, ਵੀ ਮੁੰਡੇ ਜਿਹੜੇ ਆਏ ਆ ਕਾਰੀਗਰ, ਉਹਨਾਂ ਨੇ ਮੋਟਰਸਾਈਕਲ ਆ, ਉਹਨਾਂ ਨੇ ਚਲੇ ਜਾਣਾ ਮੋਟਰਸਾਈਕਲਾਂ ਤੇ। ਮੈਂ ਪੁੱਛਿਆ, ਮੈਂ ਕਿਹਾ ਤਿੰਨ ਚਾਰ ਖਲੋਤੇ ਉਹ ਤੇ ਨਹੀਂ, ਚੋਰੀ ਕਰਾਉਣੇ ਹਨ ਤੁਸੀਂ ਭਾਜੀ? ਮੈਂ ਪੁੱਛਿਆ ਨਹੀਂ, ਚੋਰੀ ਕਰਾਉਣੇ ਤਾਂ ਦੱਸ ਦਿਓ, ਅਸੀਂ ਬਾਹਰ ਕੱਢ ਦਿੰਦੇ ਹਾਂ, ਚੋਰਾਂ ਨੂੰ ਆਸਾਨੀ ਰਹੇ। ਲੈਣ ਗੱਡੀ ਆਏ ਆ, ਕਿੱਧਰ ਨੂੰ ਧਿਆਨ ਮਾਰੀ ਜਾਂਦੀ? ਤੇ ਇਹਦੀ ਐਵਰੇਜ ਕਿੰਨੀ ਕੁ ਤੁਹਾਡੇ ਜਿਹੜੀ ਕੀ ਆ ਪਿੱਛੇ? ਇਹ ਅੱਛੀ ਗੱਡੀ ਆ, ਇਹਦੀ ਐਵਰੇਜ ਠੀਕ ਆ। ਪਜਾਮਾ ਦਾ ਤੇਲ ਪਵਾ ਕੇ ਇਹਨਾਂ ਨੂੰ ਸਿਆਲਕੋਟ ਲੈ ਜਾਓ। ਉਹ ਭਾਜੀ ਮਾਈਲੇਜ ਮੈਂ ਪੁੱਛਿਆ ਯਾਰ, ਤੈਨੂੰ ਐਵਰੇਜ ਗੱਡੀ ਦੇ ਹਿਸਾਬ ਦੇ ਨਾਲ ਹੀ ਹੁੰਦੀ, ਐਵਰੇਜ ਅੱਛੀ, ਐਵਰੇਜ ਅੱਛੀ ਆ, ਕੋਈ ਹੋਰ ਗੱਲ ਵੀ ਕਰ ਲਓ, ਐਵਰੇਜ ਹੀ ਪੁੱਛੀ ਇਹਨੇ, ਪਤਾ ਨਹੀਂ ਤੁਹਾਡੀ ਭਾਣਜੀ ਦਾ ਨਾਂ ਆ ਐਵਰੇਜ। ਉਹ ਭਰਾਵਾ ਪੈਟਰੋਲ ਦਾ ਖਰਚਾ ਬਹੁਤ ਆ, ਵੀ ਜਿਹਦੀ ਐਵਰੇਜ ਅੱਛੀ। ਪੈਟਰੋਲ ਤੁਸੀਂ ਲੋਕਾਂ ਨੂੰ ਅੱਗ ਲਾਉਂਦੇ ਜਾਣਾ ਸੜਕ 'ਤੇ, ਵੀ ਤੁਸੀਂ ਦੁਕਾਨਾਂ 'ਤੇ ਪੈਟਰੋਲ ਛਿੜਕਦਿਆਂ ਜਾਣਾ, ਪੀਂਦਿਆਂ ਜਾਣਾ, ਤੁਸੀਂ ਮੂੰਹ 'ਚੋਂ ਅੱਗ ਕੱਢਦਿਆਂ ਜਾਣਾ, ਤੁਸੀਂ ਵੀ ਜਿਹੜਾ ਗੱਡੀ ਨੇ ਖਾਣਾ ਆ ਉਹ ਵੀ ਪੈਟਰੋਲ ਲੈ ਜਾਣਾ ਤੁਸੀਂ। ਅੱਛਾ, ਇਹਦੇ ਪਾਰਟਸ ਆਰਾਮ ਨਾਲ ਆ ਵੀ ਜਾਂਦੇ ਮਾਰਕੀਟ 'ਚੋਂ? ਨਹੀਂ, ਛੰਡੇ ਪੈਂਦੇ ਆ, ਗੋਟਰ ਲਾਉਣੇ ਪੈਂਦੇ ਆ, ਇੱਟਾਂ ਖਾਣੀਆਂ ਪੈਂਦੀਆਂ ਪਾਰਟ ਲੱਭਣ ਵਾਸਤੇ। ਵੀ ਭਾਜੀ ਉੱਥੇ ਪੈਸੇ ਦੇਣੇ, ਉਹਨਾਂ ਨੇ ਤੁਹਾਨੂੰ ਚੀਜ਼ ਦੇ ਦੇਣੀ, ਇਹਦੇ ਵਿੱਚ ਕਿਹੜਾ ਔਖਾ ਕੰਮ? ਉਹ ਬਾਜ਼ ਭਰਾਵਾ ਹੁੰਦਾ, ਗੱਡੀਆਂ ਦੇ ਪਾਰਟਸ ਨਹੀਂ ਲੱਭਦੇ ਇੱਥੋਂ? ਨਹੀਂ, ਲੱਭ ਜਾਂਦੇ, ਹਰ ਚੀਜ਼ ਲੱਭ ਜਾਂਦੀ, ਜਾਣਾ ਪੈਂਦਾ ਵਾ। ਤੇ ਪਾਰਟਸ ਮਹਿੰਗੇ ਆ ਕਿ ਨਾਰਮਲ ਰੇਂਜ ਹੀ ਹੁੰਦੀ? ਭਾਜੀ ਉਹਨਾਂ ਦੇ ਹਿਸਾਬ ਦੇ ਨਾਲ ਹੀ ਹੁੰਦੇ ਆ, ਮੇਰੀ ਖਾਤਰ ਕੋਈ ਰੇਟ ਤਾਂ ਨਹੀਂ ਨਾ ਘਟਾ ਲੈਣਾ? ਨਹੀਂ, ਉੱਦਾਂ ਤੁਸੀਂ ਜਿਹੜੇ ਜੈਨੂਇਨ ਹੁੰਦੇ ਪੈਸੇ ਉਹ ਹੀ ਲੈਣੇ ਆ, ਲੇਕਿਨ ਇਹ ਜਿਹੜਾ ਵਾਕਫਕਾਰ ਕੋਲ ਭੇਜ ਦਈਦਾ ਆ, ਉਹਦੇ ਵਿੱਚ ਕੋਈ 5-10 ਰੁਪਏ, 50 ਰੁਪਏ, 100 ਰੁਪਏ ਰਹਿਤ ਹੋ ਜਾਂਦਾ। ਸਹੀ ਆ, ਸ਼ਿਕੰਜੀ ਵੀ ਤਾਂ ਅੱਛੀ ਆ ਭਾਜੀ। ਭਾਜੀ ਆਪ ਬਣਾਈ, ਘਰ ਬਣਾਏ, ਇੱਥੇ ਬਣਾਈ? ਰੇਹੜੀ ਲਾਉਂਦੇ ਇੱਥੇ? ਨਹੀਂ, ਰੇਹੜੀ ਕਾਹਦੇ ਲਾਉਂਦੇ, ਕੀ ਗੱਲ ਕੀ ਆ ਭਾਜੀ? ਉਹ ਕਹਿੰਦੇ ਨਾ ਆਪ ਬਣਾਉਂਦੇ, ਮੈਂ ਕਿਹਾ ਰੇਹੜੀ, ਮੈਂ ਕਿਹਾ ਅੰਦਰ ਮੁੰਡਾ ਆਉਂਦਾ, ਘਰ ਇੱਥੇ ਬਣਾ ਲਈ ਜੀ। ਅੱਛਾ, ਨਹੀਂ ਨਹੀਂ ਅੱਛਾ ਕਰਦੇ, ਚੰਗੀ ਗੱਲ। ਬੋਤਲ ਦਾ ਭਾਜੀ ਕੋਈ ਫਾਇਦਾ ਨਹੀਂ। ਹਾਂ, ਸ਼ਿਕੰਜੀ ਵੀ ਤੁਸੀਂ ਬਣਾਈ ਹੈ ਨਾ? ਅਲਹਮਦੁਲਿਲਾ, ਯਕੀਨ ਕਰੋ ਦਿਲ ਨੂੰ ਸ਼ਿਕੰਜੀ ਔਰ ਪਲਾਈ ਤੁਹਾਨੂੰ। ਬਸ ਮਿਹਰਬਾਨੀ, ਨਹੀਂ ਦੱਸੋ ਬਸ, ਕੋਈ ਗੱਡੀ ਦਾ ਕੋਈ ਲਵਾਓ ਸਾਹ ਭਾਜੀ। ਮੈਂ ਕਹਿੰਦਾ ਉਹ GLL ਲੈ ਲਓ, ਅੱਛੀ ਗੱਡੀ, ਉਹ GLL ਲੈ ਲਓ। ਹਾਂ, ਲੇਕਿਨ ਭਾਜੀ ਤੁਸੀਂ ਮਾੜਾ ਜਿਹਾ ਜਿਹੜਾ ਕਮੀ ਪੇਸ਼ੀ ਵੀ ਕਰਾਉਣਾ। ਪਤਾ ਕੀ ਗੱਲ ਆ, ਤੁਸੀਂ ਇੱਕ ਵਾਰੀ ਜ਼ੇਹਨ ਬਣਾ ਲਓ ਵੀ ਇਹ ਗੱਡੀ ਲੈਣੀ ਆ, ਉਹਦੇ ਹਿਸਾਬ ਨਾਲ ਮੈਂ ਘੱਟ ਕਰ ਲਾਂਗਾ। ਮੈਂ ਜ਼ੇਹਨ ਹੀ ਬਣਾਇਆ ਭਾਜੀ, ਮੈਂ ਕਿਹੜੇ ਕੋਹਾਂ ਦੀ, ਤੁਹਾਨੂੰ ਮੈਂ ਕਹਿਣ ਡਿਆ ਵੀ ਇਹ ਤੋਂ ਅੱਛੀ ਗੱਡੀ ਨਹੀਂ ਹੈ, ਜਾਂ ਆਹ ਲੈ ਲਓ, ਇਹ ਵੀਡੀਓ ਵੀ ਅੱਛੀ ਆ, ਵੀਡੀਓ ਲੈ ਲਓ। ਚਲੋ ਤੁਹਾਨੂੰ 19 ਜੀ ਕਰ ਦਿਆਂਗਾ ਮਾਮਲਾ। ਅੱਛਾ, ਰੈੱਡ ਕਲਰ ਦੀ ਹੈ ਖਲੋਤੀ ਕੋਈ? ਰੈੱਡ ਨਹੀਂ ਭਾਜੀ, ਰੈੱਡ 3-4 ਦਿਨ ਹੋ ਗਏ ਵਿਕ ਗਈ ਆ, ਆ ਬਲੈਕ ਹੀ ਖੜੀ ਹੋ। ਮਾਸ਼ਾਅੱਲਾ ਸਾਫ ਸੁਥਰੀ ਗੱਡੀ ਭਾਜੀ। ਨਹੀਂ, ਗੱਡੀ ਤਾਂ ਸਾਫ ਸੁਥਰੀ ਹੈ, ਲੇਕਿਨ ਇਹ ਵੀ ਰੈੱਡ ਕਲਰ ਦਾ ਜ਼ਰਾ ਭਾਜੀ, ਦੋ ਹੀ ਤਾਂ ਕਲਰ ਆ, ਰੈੱਡ ਤੇ ਬਲੈਕ। ਹਾਂ, ਜ਼ਿਆਦਾ ਮਾਰਕੀਟ 'ਚ ਨਾ ਇਹ ਲੈਂਦੇ ਕਲਰ। ਨਹੀਂ, ਵਾਈਟ ਵੀ ਚੱਲਦੀ ਹੈ ਭਾਜੀ ਕਾਫੀ। ਲੇਕਿਨ ਤੁਸੀਂ ਇਹ ਲੈ ਲਓ। ਅੱਛਾ ਜੀ, ਹਾਂ, ਗਿਫਟ ਕਹਿ ਰਹੇ? ਗਿਫਟ ਨਹੀਂ, ਗਿਫਟ ਯਾਰ, ਗਿਫਟ ਗਿਫਟ ਹੀ ਹੈ ਤੁਹਾਨੂੰ ਦੇਣੀ। ਅੱਛਾ ਜੀ, ਸਮਝ ਲਓ ਵੀ ਇਹ ਅਨਟੱਚ ਆ। ਮੈਂ ਠਹਿਰ ਜਾ, ਇੱਕ ਮਿੰਟ, ਫੋਨ ਆ ਰਿਹਾ ਬੱਚਿਆਂ ਦਾ। ਹਾਂਜੀ ਬੇਟਾ, ਹਾਂ ਬੇਟਾ, ਮੈਂ ਪਹੁੰਚ ਗਿਆ ਉੱਥੇ ਸ਼ੋਰੂਮ 'ਤੇ, ਅਤੇ ਅੰਕਲ ਤੁਹਾਡੇ ਬੈਠੇ ਨੇ ਮੇਰੇ ਨਾਲ ਹੀ। ਲੈ ਆਉਂਦੇ, ਲੈ ਆਉਂਦੇ ਗੱਡੀ, ਲੈ ਤਿਆਰ ਹੋਵੋ, ਮੈਂ ਗੱਡੀ ਲੈ ਕੇ ਆਉਣਾ ਘਰ। ਹਾਂ, ਸਾਰੇ ਤਿਆਰ ਹੋ ਜਾਓ, ਬੇਫਿਕਰ ਹੋ ਜਾਓ, ਬੇਫਿਕਰ ਹੋ ਜਾਓ। ਸਾਰੇ ਕੌਣ ਕੌਣ? ਓਕੇ ਓਕੇ ਓਕੇ, ਸਾਰੇ ਬੱਚੇ ਹੀ। ਉਸ ਵਿੱਚ ਨਾ ਮੈਂ ਭਾਅ ਜੀ ਰਾਤ ਨੂੰ ਨਿਕਲਣਾ ਬੱਚਿਆਂ ਨੂੰ ਮਰੀ ਲੈ ਕੇ, ਅਤੇ ਕਹਿੰਦੇ ਸੀ ਪਾਪਾ ਆਪਣੀ ਗੱਡੀ ਲੈ ਕੇ ਜਾਣੀ ਵੱਡੀ, ਅਤੇ ਮੈਂ ਗੱਡੀ ਲੈ ਕੇ ਆਉਂਦਾ, ਬੱਚੇ ਸਾਰਿਆਂ ਨੂੰ ਮੈਂ ਕਿਹਾ ਤੁਸੀਂ ਸਾਰੇ ਤਿਆਰ ਹੋ ਜਾਓ। ਅੱਛਾ ਅੱਛਾ, ਸਾਰੇ ਮਾਸ਼ਾਅੱਲਾ ਬੱਚੇ ਆ ਮੇਰੇ। ਸਾਰੇ ਕਿੰਨੇ ਕੁ ਭਾਜੀ? 7 ਬੇਟੇ ਆ ਮੇਰੇ, 2 ਬੇਟੀਆਂ। 9? ਹਾਂ, ਮਾਸ਼ਾਅੱਲਾ ਸੀ।
ਵੱਡੀ ਫੁੱਫਾ ਵੀ ਆਈ ਹੋਈ ਆ ਤੇ 9 ਬੱਚੇ ਤੁਹਾਡੇ ਹੀ ਆ। ਹਾਂਜੀ ਮਾਸ਼ਾਅੱਲਾ ਮਾਲਕ ਦੀ ਦੇਣ ਆ ਜੀ। 9 ਬੱਚੇ ਤੁਹਾਡੇ ਆ, 2 ਜੀ ਤੁਸੀਂ ਆਪ, 9 2 11 ਫੁੱਫਾ ਵੀ ਆਈ ਹੋਈ ਆ। ਫੁੱਫੋ ਨੇ ਵੀ ਗੱਡੀ ਦੇ ਵਿੱਚ ਜਾਣਾ? ਹਾਂਜੀ ਤੇ ਫੁੱਫੋ ਵਾ ਨਾਲ ਉਹਦਾ ਬੇਟਾ ਵਾ, 2 ਬੇਟੀਆਂ ਵਾ। ਉਹ ਪਤਾ ਕੀ ਆ, ਫੁੱਫਾ ਸਾਡਾ ਲੜ ਪਿਆ ਫੁੱਫੋ ਨਾਲ, ਹੁਣ ਮਹੀਨਾ ਡੇਢ ਮਹੀਨਾ ਹੋ ਕੇ ਮੇਰਾ ਲੈ ਰਹੀ ਹੈ ਤੇ 4 ਬੱਚੇ ਉਹਦੇ ਵੀ ਹੈ। ਮੈਂ ਕਿਹਾ ਚਲੋ ਉਹਨਾਂ ਵੀ ਨਾਲ ਲੈ ਜਾਵਾਂਗੇ ਮਰੀ, ਕੀ ਖਿਆਲ? 11 ਤੁਸੀਂ ਹੋ ਗਏ, 2 ਹੋ ਗਏ, 13, ਠੀਕ ਹੈ। ਤੇ ਕਿੰਨੇ ਬੱਚੇ ਫੁੱਫੋ ਦੇ? ਫੁੱਫੋ ਦੇ 4 ਬੱਚੇ। ਤੁਸੀਂ ਗੱਡੀ ਲੈਣ ਆਏ, ਸਾਡੇ ਕੋਲ ਮਜ਼ਦਾ ਲੈਣ ਆਏ ਭਾਜੀ? ਤੁਸੀਂ ਬੱਚੇ ਨਹੀਂ, ਬੱਚੇ ਗੱਡੀ ਦੇ ਵਿੱਚ ਇੰਨੇ ਆਉਂਦੇ ਨੇ ਜਿੰਨੇ ਤੇਰੇ ਬੱਚੇ ਆ। ਤੂੰ ਤਾਂ 21-22 ਬੱਚੇ ਕਢਾਉਣ ਡਿਆ ਆ। ਬੱਚੇ ਚੂਚੇ ਆ, ਕੁੱਕੜ ਆ, ਉਹ ਜਿਹੜੇ ਗੱਡੀ 'ਚ ਲੱਦ ਲੱਗ ਲਈ ਜਾ ਰਹੇ ਆ, ਬੱਚੇ ਆ ਉਹ। ਯਾਰ ਤੂੰ ਸਾਨੂੰ ਗੱਡੀ ਦੇ, ਉਹ ਨਹੀਂ ਭਰਾਵਾ ਗੱਡੀ ਤੂੰ ਵੀਡ 'ਚ ਲੈਣ ਡਿਆ ਆ, ਘਰ ਦੇ ਤੇਰੇ 37 ਜਣੇ ਆ, ਤੂੰ ਟਾਇਰਾਂ ਨਾਲ ਬੰਨ ਕੇ ਨਜਾਲੇ ਲਿਜਾਣੇ, ਅੰਦਰ ਤਾਂ ਜਗ੍ਹਾ ਹੀ ਨਹੀਂ ਹੈਗੀ। ਅੰਦਰ ਕਿਉਂ ਜਗ੍ਹਾ ਨਹੀਂ ਹੈ? ਅੰਦਰ ਮੋਟਰਸਾਈਕਲ ਖਲੋਤਾ, ਮੋਟਰਸਾਈਕਲ ਖਲੋਤਾ ਆ, ਜਾ ਮੇਰਾ ਵੀਰ ਕੰਮ ਕਰ ਜਾ ਕੇ ਲੈ। 11 ਜੀ ਆਪ ਆ, 6 ਬੱਚੇ ਫੁੱਫੋ ਦੇ ਹੋ ਗਏ, 2 ਜੀ ਉਹ ਹੋ ਗਏ, 8, 11, 8, 19 ਜੀ ਇਹ ਹੋ ਗਏ, ਹੋਰ ਕਿਹੜੇ ਆ? ਤਾਈ ਵੀ ਆਈ ਹੈ। ਤਾਈ ਕਾਹਦੇ ਤੇ ਕੋ ਆਈ ਹੈ? ਤਾਈ ਨੂੰ ਮਰਨ ਦੇ, ਉੱਥੇ ਘਰ ਰਵੇ ਉਹ ਤਾਈ। ਯਾਰ ਤੂੰ ਕਿਹੜੀਆਂ ਗੱਲਾਂ ਕਰਨ ਡਿਆ? ਨਹੀਂ ਤੂੰ ਜੋ ਕਹਿਣ ਡਿਆ ਯਾਰ, ਗੱਡੀ ਤੂੰ ਵੀੜ 'ਚ ਲੈਣੀ ਆ, ਬੰਦੇ ਤੇਰੇ 21-22 ਜਾਣ ਵਾਲੇ ਆ। ਨਹੀਂ ਤਾਈ ਮੇਰੇ ਕੋਲ ਨਹੀਂ, ਤੂੰ ਇੰਜਣ ਦੇ ਵਿੱਚ ਰੱਖ ਕੇ ਲਿਜਾਣੇ ਆ, ਵੀ ਤੂੰ ਉੱਥੇ ਸ਼ੀਸ਼ੇ ਨਾਲ ਬੰਨਣੇ ਨਿਆਣੇ। ਬੱਚੇ ਸਾਡੇ, ਤੈਨੂੰ ਕੀ ਤਕਲੀਫ? ਨਹੀਂ ਤਕਲੀਫ, ਗੱਡੀ ਵੀ ਓਡੀ ਲੈ, ਤੈਨੂੰ ਚਾਹੀਦਾ ਨਿਸ਼ਾਨ ਟਰਾਲਾ ਕਰਾਵੇ ਜਿੰਨੇ ਤੇਰੇ ਬੱਚੇ ਆ। ਗੱਡੇ ਹੈ, ਗੱਡੀ ਵੀਡ 'ਚ ਚਾਉਣ ਵਾਲੇ ਹੈ 21-22 ਬੱਚੇ। ਮੰਮੀ ਡੈਡੀ ਬੱਚੇ ਆ ਜਾਣੇ? ਮੰਮੀ ਡੈਡੀ ਕਿੰਨੇ ਕੁ ਲੱਤਾਂ ਲਾ ਲਾ ਵਿੱਚ ਰੱਖਣੀ ਆ, ਵੀ ਕਿਸੇ ਦਾ ਤੂੰ ਮੂੰਹ ਸਾਂਭ ਕੇ ਰੱਖਣਾ ਆ, ਬੰਨ ਲੈਣੇ ਕਿਸੇ ਬੋਰੇ ਦੇ ਵਿੱਚ, ਆਖਿਰ ਉਹਨਾਂ ਨੇ ਬਹਿਣਾ ਆ, ਸੀਟਾਂ ਆ, ਕੈਸੀ ਗੱਲ ਆ? ਤੇ ਅਸੀਂ ਗੱਡੀ ਵੱਡੀ ਲੈ ਲੈਂਦੇ ਹਾਂ, ਵੱਡੀ ਵਿੱਚ ਜਾ ਜਾ ਕੇ ਉਹ ਤੇ ਡੈਬੋ ਕਰਵਾ ਜਾ ਕੇ, ਜਾਂ 72-ਸੀਟੀ ਗੱਡੀ ਕਰਵਾ ਜਿੰਨੇ ਤੇਰੇ ਨਿਆਣੇ ਆ। ਤੈਨੂੰ ਕਾਹਦੀ ਤਕਲੀਫ? ਨਿਆਣੇ ਤਕਲੀਫ ਤੂੰ ਮੈਨੂੰ ਕਹੀ ਯਾਰ, ਵੀਡ 'ਚ ਦੇ, ਮੈਂ 32 ਨਿਆਣੇ ਲਿਜਾਣੇ ਆ, ਇਹ ਵੀਡ 'ਚ 32 ਨਿਆਣੇ ਵਾਲੀ ਆ, ਕੈਸੀ ਤੂੰ ਗੱਲ ਕਰੀ ਜਾਣ ਡਿਆ ਯਾਰ? ਆ ਵੀਡ 'ਚ ਦਿਖਾ ਰਹੇ ਆ, ਉਹ ਦਿਖਾ ਰਹੇ, 31 ਤੇਰੇ ਘਰ ਦੇ ਜੀ ਬਣ ਡਏ ਆ। ਪਰ ਤੂੰ ਸੂਟ ਸਵਾ ਕੇ ਦੇਣੇ ਉਹਨਾਂ ਨੂੰ? ਸੂਟ ਸਵਾ ਕੇ ਦੇਣੇ? ਤੂੰ ਉੱਥੇ ਕਤਰੇ ਪਲਾਉਣ ਜਾਣੇ ਇੰਨੇ ਬੱਚਿਆਂ ਨੂੰ? ਤੂੰ ਘਰ ਰੱਖ ਬੱਚਿਆਂ ਨੂੰ। ਮੈਂ ਕਿਉਂ ਘਰ? 2 ਜੀ ਗੱਡੀ ਦੇ ਵਿੱਚ ਬੈਠੋ, ਫਿਰ ਤੁਰ ਕੇ ਆ ਜਾਓ। ਤੇ ਬੱਚੇ? ਬੱਚਿਆਂ ਨੂੰ ਲੂਣਾ ਇੰਨੇ ਨੂੰ? ਬੋਰੇ ਚ ਪਾ ਪਾ ਕੇ ਲਿਜਾ ਮੈਨੂੰ ਕੀ? ਮੈਂ ਬੱਚਿਆਂ ਨੂੰ ਬੋਰੇ ਚ ਪਾਵਾਂ? ਬੋਰੇ ਚ ਹੀ ਪੈਣੇ ਇੰਨੇ ਨਿਆਣੇ? ਮੈਂ ਤਾਂ ਹੈਰਾਨ ਆ ਵੀ ਉਹ ਮੁਹੱਲੇ ਵਾਲੇ ਕਿੱਦਾਂ ਤੈਨੂੰ ਰਹਿਣ ਦਿੰਦੇ, 31 ਨਿਆਣੇ ਲੈ ਕੇ ਬੈਠਾ ਤੂੰ। ਤੂੰ ਰੋਟੀ ਦੇਣੀ ਆ ਉਹਨਾਂ ਨੂੰ? ਲੈ ਰੋਟੀ ਦੇਣੀ ਆ, 31 ਨਿਆਣੇ, ਨਿਆਣੇ ਸਾਡੇ ਆ। ਮੈਂ ਰੋਟੀ, ਮੈਂ ਉੱਥੇ ਕਿਤੇ ਮੁਲਾਜ਼ਮ ਹੋ ਜਾਂਦਾ, ਤਦ ਰੋਟੀ ਲਿਆ ਕੇ ਤੁਹਾਨੂੰ ਦੇ ਦਿੰਦਾ ਤੇਰੇ ਨਿਆਣਿਆਂ ਨੂੰ। ਭਾ ਤੂੰ ਕੈਸਾ ਆਦਮੀ ਹੈ ਯਾਰ, ਤੇਰੇ ਕੋਲ ਅਸੀਂ ਗੱਡੀ ਲੈਣਾ ਹੈ ਤੇ ਤੂੰ ਤੂੰ ਫਿਰ ਆਪ ਇੱਦਾਂ ਨਾ ਕਹਿ ਭੂਆ ਦੇ ਨਿਆਣੇ ਵੀ ਜਾਣੇ, ਮੈਂ ਠੇਕਾ ਲਿਆ ਭੂਆ ਮੈਂ ਗੱਡੀ ਲੈ ਜਾ, ਮੇਰੇ ਵੱਲੋਂ ਪਵਾਂ ਛੱਤਾਂ ਤੇ ਬੰਨ ਬੰਨ ਲੈ ਜਾ। ਅਬੇ ਇੱਦਾਂ ਦੀ ਗੱਲ ਕਰਨਾ, ਤੂੰ ਤਾਂ ਲੜਨ ਡਿਆ। ਲੜਨ ਤੂੰ ਡਿਆ ਆ, ਭੂਆ ਦੇ 6 ਨਿਆਣੇ ਆ, 6 ਮੇਰੇ ਆ, 13 ਉਹਦੇ ਆ, 32 ਇਹਦੇ ਆ, ਉਹ ਅੱਲਾ ਮਾਫੀ ਕੁੱਤੀ ਸੂਈ ਆ ਵੀ ਇੰਨੇ ਨਿਆਣੇ ਆ ਵੀ ਪਾ ਮੂੰਹ ਸੰਭਾਲ ਕੇ ਗੱਲ ਕਰ, ਮੂੰਹ ਸੰਭਾਲ ਕੇ ਬੋਲ, ਇਨਸਾਨ ਦੇ ਤੇ ਇੰਨੇ ਨਿਆਣੇ ਨਹੀਂ ਹੁੰਦੇ। ਕਿਹਦੇ ਨਿਆਣੇ ਹੁੰਦੇ, ਕਿਉਂ ਨਹੀਂ ਹੁੰਦੇ ਇਨਸਾਨ ਦੇ ਇੰਨੇ ਨਿਆਣੇ? ਤੇਰੇ ਕਿੰਨੇ ਨਿਆਣੇ? ਕਿੰਨੀ ਕਿੰਨੀ ਉਮਰ ਆ? ਉਹ ਵੱਡਾ ਜਿਹੜਾ ਹੈਗਾ 14 ਸਾਲ ਦਾ ਵੱਡਾ, ਤੇ ਬਾਕੀ ਨਿੱਕੇ ਨਿੱਕੇ ਆ, ਉਹ ਤੋਂ ਸਾਲ ਸਾਲ ਦਾ ਵਕਫਾ। ਤੂੰ ਵਕਫਾ ਨਾ ਪਾਇਆ, ਉਹਨਾਂ ਨੇ ਪਾ ਲਿਆ। ਕਾਹਦਾ ਵਕਫਾ? ਚੱਲ ਅੱਛਾ ਯਾਰ ਦੱਸ, ਗੱਡੀ ਦਾ ਕੀ ਆ? ਤਾਂ ਚਿੱਟੀ ਦਾ ਕੀ ਆ ਤਾਂ ਦੱਸ। ਯਾਰ ਚਿੱਟੀ ਦਾ ਕੀ ਆ ਬਸ਼ੀਰ? ਅੱਜ ਚਿੱਟਾ ਕੀ ਮੰਗਿਆ ਸੀ? 65 65
ਇਹਦਾ 65। ਇਹਦੀ ਪੈਟਰੋਲ ਐਵਰੇਜ ਕੀ ਹੈ? ਇਹਦੀ ਹੈ 7-8। 7-8 ਹੁਣ ਕੀ ਟਾਈਮ ਹੋਇਆ? ਪਤਾ ਨਹੀਂ, ਐਵਰੇਜ ਦੱਸਦੇ ਆ। ਅੱਛਾ, ਐਵਰੇਜ ਦੱਸ ਰਹੇ ਆ, 7-8 ਐਵਰੇਜ। ਠੀਕ ਹੋ ਗਏ। ਏਸੀ ਉਸੀ ਇਹਦਾ ਬੰਬੂ ਘਾਟ ਪੱਕੀ ਗੱਲ? ਇਹ ਲਾਹੌਰ 'ਚ ਕਿੰਨੇ 'ਚ ਆਉਣ ਜਾਣ ਕਰਦੀ ਹੈ? ਕਿਉਂ ਭਾਜੀ, ਹੈ ਲਾਹੌਰ 'ਚ ਕਿੰਨੇ 'ਚ ਆਉਣ ਜਾਣ? ਉਹਨਾਂ ਨੂੰ ਪੁੱਛ ਲਓ, ਮੈਂ ਨਿਆਣੇ ਘਟਾਉਣੇ ਤਾਂ ਤੁਹਾਨੂੰ ਤਕਲੀਫ ਹੋਣੀ ਹੈ। 34 ਨਿਆਣੇ ਨਾਲ ਜਾਣ ਜਾਣ ਹੀ ਕਰਦੀ, ਆਉਂਦੀ ਤਾਂ ਹੈ ਹੀ ਨਹੀਂ, ਉੱਥੇ ਹਾਦਸਾ ਹੀ ਹੋਣਾ ਹੈ। 34 ਨਿਆਣੇ ਗੱਡੀ 'ਚ ਲੈ ਕੇ ਜਾਣੇ, ਮੂੰਹੋਂ ਤਾਂ ਚੰਗੀ ਗੱਲ ਆਹ ਤਾਂ ਤੈਨੂੰ ਹੁਣ ਮੈਂ ਕੀ 34 ਨਿਆਣਿਆਂ ਦਾ ਕੀ, ਨਿਆਣੇ ਘੱਟ ਕਰ, ਮੈਂ ਤੈਨੂੰ ਦੱਸਾਂ ਗੱਡੀ ਕਿਹੜੀ ਅੱਛੀ ਲੱਗਦੀ ਹੈ। ਉਹ ਨਿਆਣੇ ਘੱਟ ਕਰ, ਤੂੰ ਕਟਾਈ ਕਰ, ਤੂੰ ਤਾਂ ਮੈਨੂੰ ਅੱਗ ਹੀ ਲਾਤੀ ਯਾਰ। ਅੱਗੇ ਭੂਆ ਦੇ ਵੀ ਨਿਆਣੇ ਆਉਣ ਡੇ, ਉਹਦੇ ਵੀ ਨਿਆਣੇ ਆਉਣ ਡੇ, ਤੂੰ ਗੱਡੀ ਲੈ ਰਿਹਾ ਤਾਂ ਦਾਰੁਲਮਾਨ ਲੈਣ ਡੇ ਆ, ਸਾਰੇ ਇਹਦੇ ਵਿੱਚ ਬਣਨੇ ਆ। ਤੂੰ ਵੀ ਤੈਨੂੰ ਬੱਚਿਆਂ ਦੀ ਕਾਹਦੀ ਫਿਕਰ, ਤੂੰ ਬਸਤੇ ਲੈ ਕੇ ਦੇਣੇ ਉਹਨਾਂ? ਬਸਤੇ ਲੈ ਕੇ ਦੇਣੇ? ਮੈਂ ਕਦੀ ਵੀ ਨਾ ਲੈ ਕੇ ਦਵਾਂ, ਮੈਂ ਕੰਮਾਂ 'ਤੇ ਨਾ ਬਾਤ ਮਾ ਇੱਦਾਂ ਦਿਆਂ ਨੂੰ। ਕੈਸਾ ਆਦਮੀ ਹੈ, 34 ਜੀ 34 ਨਿਆਣੇ ਇੱਕ ਵਿਹੜੇ 'ਚ ਫਿਰਦੇ, ਵੈਸੇ ਹੀ ਬੁਰੇ ਲੱਗਦੇ ਆ। ਵਿਹੜਾ ਸਾਡਾ, ਤੈਨੂੰ ਕਦ ਤੋਂ ਬੁਰੇ ਲੱਗਦੇ? ਕੈਸੀ ਗੱਲ ਆ, ਕੈਸੀ ਗੱਲ। ਦੱਸੋ ਭਾਜੀ, ਜਿਹੜੀ ਲੈਣੀ ਹੈ ਲੈ ਲਓ। ਇਹ ਤਾਂ ਦੱਸ ਕੀ ਹੈ? ਇਹਦਾ ਤੁਹਾਨੂੰ 19 ਦੱਸਿਆ, ਇਹ ਤੋਂ ਘੱਟ ਨਹੀਂ ਹੋਣਾ। ਇਹ ਤੋਂ ਘੱਟ ਕਿਉਂ ਨਹੀਂ ਹੋਣਾ? ਨਹੀਂ, ਇਹ ਤੋਂ ਘਟਾ। ਉਹ ਭਾਜੀ, ਉਹ 20 ਤਾਂ ਮੰਗਦੇ ਆ ਉਹ, ਇਹ ਤਾਂ ਮੈਂ ਆਪਣੇ ਤੌਰ 'ਤੇ ਤੁਹਾਨੂੰ ਦੱਸਤਾ ਵੀ 1 ਲੱਖ ਕੱਲ ਹੀ ਘਟਾ ਤਾ, ਕੀ ਕੋਈ ਸ਼ੈ ਕੱਢ ਲੈਣੀ ਵਿੱਚੋਂ? ਹੈਂ, ਹੋਰੀ ਲੱਖ ਘਟਾ ਤਾ ਤੁਹਾਨੂੰ ਵੇਖ ਕੇ ਘਟਾਇਆ। ਅੱਛਾ, ਮਿਹਰਬਾਨੀ ਤੁਹਾਡੀ। ਸਦੀਕ ਵੀ, ਸਦੀਕ ਤੁਹਾਡਾ ਕੀ ਲੱਗਦਾ? ਭਾਈ ਵੱਟਾ ਜੀ, ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਭਾਈ ਹੋਵੇ, ਉਹ ਤਾਂ ਸੋਬਰ ਹੀ ਬੜੇ ਆ, ਬੜੇ ਨਫੀਸ ਵੀ ਇੱਦਾਂ ਆ। ਤੇ ਮੈਂ ਉਹਨਾਂ ਟੱਕਰ ਮਾਰਤੀ ਤੁਹਾਡੇ ਏ ਵਨ ਵਾਲੇ ਨੂੰ? ਪਤਾ ਵੀ ਹੈ ਕਿੱਥੇ ਹੈ? ਹਾਂਜੀ ਪਤਾ। ਕਿੱਥੇ ਹੈ ਭਾਈ? ਜੜਾਂ ਵਾਲੇ ਰੋਡ ਤੇ। ਕੀ ਹੋਇਆ? ਏ ਵਨ ਫੂਡ ਵਾਲੇ। ਹਾਂਜੀ, ਟੁੱਡੀ ਵਾਲੇ ਦਾ। ਚੌਰੀ ਸਦੀਕ ਉਹਦਾ ਭਰਾ ਆ। ਹਾਂਜੀ, ਤੇ ਉਹ ਤਾਂ ਬੰਦਾ ਹੀ ਬੜਾ ਅੱਛਾ ਹੈ, 3 ਗੱਡੀਆਂ ਮੇਰੇ ਕੋਲ ਲੈ ਕੇ ਗਿਆ ਉਹ। ਭਾਜੀ ਮੈਂ ਤਲਵਾਰ ਚਲਾਤੀ ਤੁਹਾਡੇ? ਤਲਵਾਰ ਹੀ ਹੈ, ਤੇ ਸਦੀਕ ਦੇ ਤੇ ਬੱਚੇ ਥੋੜੇ ਆ, ਅੱਲਾ ਜ਼ਿੰਦਗੀ ਕਰੇ ਉਹਨਾਂ ਦੀ। ਓਏ ਮਾਲਕ ਦੀ ਦੇਣ ਆ, ਥੋੜੇ ਬਹੁਤ। ਮਾਲਕ ਦੀ ਦੇਣ? ਤੂੰ ਤਾਂ ਚੋਰੀ ਕੀਤੇ 34 ਨਿਆਣੇ ਆ ਤੇਰੇ। ਚੋਰੀ ਕੀਤੇ ਕੀ ਗੱਲ ਹੋ ਗਈ? ਸਾਈਕਲ ਆ ਉਹ ਚੋਰੀ ਕੀਤੇ? ਸਾਈਕਲ ਆ ਇਹਦੇ ਤੇਰੇ 19? ਨਹੀਂ, ਕੋਈ ਦਾ ਕੋਈ ਦੱਸੋ ਕੀ ਹਿਸਾਬ ਕਿਤਾਬ ਭਾਜੀ? ਇਹਦੇ ਇਹ ਤੋਂ ਘਟਣਾ ਨਹੀਂ ਹੈ। ਹੈ, ਇਹ ਤੋਂ ਘੱਟ ਨਹੀਂ ਹੈ। ਤੋ ਯਾਰ ਕੀ ਕਰਦੇ ਆ ਯਾਰ, ਕੀ ਕਰਦੇ ਆ ਭਰਾਵਾ? ਹੁਣ ਇੱਥੇ ਮਿਸਤਰੀਆਂ ਦਾ ਕੰਮ ਖਰਾਬ ਤਾਂ ਕਰ ਲਈਏ, ਅਸੀਂ 40 ਸਾਲ ਤੋਂ ਹੀ ਕੰਮ ਕਰਦੇ ਆ ਰਹੇ, ਸ਼ੋਰੂਮ ਆਪਣਾ ਹੈ। ਤੇ ਹੁਣ ਕੰਮ ਬਦਲ ਲਓ ਕੋਈ। ਕੰਮ ਹੁਣ ਕੀ ਬਦਲ ਲਈਏ, ਕੀ ਗੱਲ ਆ? 40 ਸਾਲ ਹੋ ਗਏ ਤੇਰੀ ਲਾਸ਼ ਦੇ ਟੋਟੇ ਕਰਕੇ ਇੱਥੇ ਬਰਫ਼ 'ਚ ਲਾ ਕੇ ਵੇਚੀ ਜਾਈਏ। ਯਾਰ ਤੂੰ ਭਾ, ਤੂੰ ਤਾਂ ਪਾਗਲ ਹੋਇਆ ਯਾਰ, ਗਰਮੀ 'ਚ ਸਾਨੂੰ ਪਾਗਲ ਕੀਤਾ ਆ ਤੂੰ। ਤੈਨੂੰ ਗੱਡੀਆਂ ਦਿਖਾਉਣ ਡਿਆ, ਤੂੰ ਗੱਡੀ ਇੱਕ ਟਿਕ ਮਾਰ ਕਰ ਦਿੰਦੇ ਤੁਸੀਂ ਇੰਨੇ ਪੈਸੇ। ਨਹੀਂ ਕਿ ਹੁਣ ਅਸੀਂ ਪੈਸੇ ਕਿਸੇ ਤਰੀਕੇ ਨੇ ਤਾਂ ਉਹਨਾਂ ਕਿ ਦੇ ਦਈਏ ਤਰਜੀਹ। ਅਰੇ ਅਰੇ 10 ਘੱਟ ਦੇ ਦਿਓ। ਨਹੀਂ, ਇਹ ਨਹੀਂ ਪਸੰਦ ਆਈ ਮੈਨੂੰ। ਆਹ ਪਿਛਲੀ ਲੈ ਲਓ। ਆਹ ਪਿਛਲੀ ਦੁਬਾਰਾ ਦੇਖ ਲੈਂਦੇ। ਆਹ ਪਿਛਲੀ ਕਿੰਨੇ ਦੀ ਆ ਉਹ? ਸਵਿਫਟ। ਆਹ ਇਹ ਤਾਂ ਮਿਲ ਜੇਗੀ 43 ਦੀ। 43 ਦੀ ਹੈ ਕਿ ਪੋਜੀਸ਼ਨ ਕੀ ਹੈ 12 ਦੀ? ਸਾਡਾ ਪੋਜੀਸ਼ਨ ਸਹੀ ਹੈ ਭਾਜੀ, ਤੁਹਾਡੇ ਸਾਹਮਣੇ ਇਹ 1 ਆ ਗੱਡੀ। ਕੋਟਾ ਚਿੰਗ ਟੂ ਚਿੰਗ ਤਾਂ ਨਹੀਂ? ਦਰਵਾਜ਼ੇ ਦਰਵਾਜ਼ੇ ਬੰਪਰ ਬਾਉਂਡਡ ਇਹ ਉਹ ਭਾਜੀ ਜੈਨਵਰ ਬੰਪਰ ਸੀਟਾਂ ਅੰਦਰੋਂ ਕਲੀਅਰ ਆ। ਦੇਖ ਲਓ ਗੱਡੀ ਕਿਤੇ ਲਈਏ ਆ ਤਾਂ ਗੱਡੀ ਆ, ਦੇਖ ਲਓ ਜਾ ਕੇ ਉਹਦੇ ਅੰਦਰ ਵੜ ਕੇ ਵੇਖ ਲਓ ਗੱਡੀ। ਯਾਰ ਤੂੰ ਤਾਂ ਧੱਕੇ ਮਾਰਨ ਧੱਕੇ ਮਾਰਨ ਦੇ ਭਰਾਵਾ, ਤੂੰ ਅੱਗੇ ਹੋ ਕੇ ਵੇਖ ਲੈ ਗੱਡੀ ਉੱਥੇ ਕੀ ਬੰਪਰ ਟੂ ਬੰਪਰ ਆ, ਬੰਪਰ ਟੂ ਬੰਪਰ ਆ ਜੈਨਵਰ। ਉਸਤਾਦ ਤੇਰੇ ਨੂੰ ਕਾਹਦਾ ਕਿਤੇ ਗੁੱਸਾ ਚੜਿਆ? ਗਰਮੀ ਹੈਗੀ, ਤੁਸੀਂ ਤਾਂ ਤੰਗ ਕਰਨ ਦੇ ਆ। ਉਹ ਗਰਮੀ ਨੂੰ ਝੱਲ ਮਾਰ, ਗਰਮੀ ਆ ਤੇ। ਅੱਛਾ ਹੁਣ ਆ ਗੱਡੀ ਦੇਖੋ, ਸਹੀ ਹੈ, ਵੈਰੀ ਗੁੱਡ ਯਾਰ। ਇੱਥੇ ਲੰਮੇ ਪੈਰ ਤੁਹਾਡੇ ਉੱਤੋਂ ਟਾਇਰ ਚੜਾ ਕੇ ਦੱਸ ਦੇ ਵੀ ਟਾਇਰ ਵੀ ਇੱਕ ਨੰਬਰ ਆ। ਹਾਂਜੀ, ਕੁਛ ਨਹੀਂ ਦੇਖ ਲਓ ਇੱਥੇ। ਭਾਜੀ ਕੀ ਕਰ ਰਹੇ? ਮੈਂ ਕਿਹਾ ਇੱਥੇ ਲੰਮੇ ਪੈ ਲਓ, ਗੱਡੀ ਚੜਾ ਦਿੰਦਾ ਤੁਹਾਡੇ ਤੇ, ਬਦਨ ਵੀ ਚੈੱਕ ਕਰ ਲਓ ਗੱਡੀ ਦਾ। ਉਹ ਮੇਰੇ ਤੇ ਚੜਾਊਗਾ ਉਹ? ਗੱਡੀ ਮੇਰੇ ਤੇ ਚੜਾਊਗਾ? ਕਿਤੇ ਚੜਾਈਏ ਯਾਰ, ਕੋ ਅਕਲ ਕਰ ਤੂੰ। ਫਿਰ ਤੈਨੂੰ ਹੁਣ ਕਹੀ ਜਾ ਰਹੇ ਭਾਜੀ ਜੈਨਮਨ ਆ।
ਹੁਣ ਤੈਨੂੰ ਵਜ਼ਨ ਵੀ ਇਹਦਾ ਦਿਖਾਈਏ ਕਿੰਨਾ ਵਜ਼ਨ ਆ। ਟਾਇਰਾਂ ਦੀ ਪੋਜੀਸ਼ਨ ਕੀ ਆ? ਅਜੇ ਲੰਮੇ ਪੈਰ ਉੱਤੇ ਚੜਾ ਗੱਡੀ ਭਰਾਵਾ, ਦੇਖੀ ਟਾਇਰ ਇਹਦੇ ਉੱਤੋਂ ਲੰਘੇ ਦਾ ਪੋਜੀਸ਼ਨ ਤਾਂ ਪੁੱਛਣੀ ਪੈਂਦੀ ਵੀ ਭਰਾਵਾ ਕਿੰਨੇ ਕੁ ਚੱਲ ਗਏ ਆ ਉਹ ਪੋਜੀਸ਼ਨ। ਗੱਡੀ ਦੇ ਹਿਸਾਬ ਨਾਲ ਭਾਜੀ ਚੱਲਣੇ ਹੁੰਦੇ 10-15 ਹਜ਼ਾਰ ਚੱਲੀ ਆ ਬਸ। 15 ਹਜ਼ਾਰ ਚੱਲੀ, ਵੈਰੀ ਗੁੱਡ ਆ। ਉਹ ਗੱਡੀ ਵੇਖ ਲਓ ਭਾਜੀ, ਉਹ ਆਪਣੀਆਂ ਲੱਗੀਆਂ? ਨਹੀਂ ਨਹੀਂ ਉਹ ਇੱਧਰ ਲਈ ਨਹੀਂ, ਉਹ ਮੇਰੇ ਵਾਲੀ ਆ, ਆਪਣੀ ਘਰ ਫੈਮਿਲੀ ਗੱਡੀ ਆ ਯਾਰ। ਉਹ ਨਜ਼ਰ ਮਾਰ ਲਈ? ਨਜ਼ਰ ਮਾਰ ਲਓ ਭਾਜੀ, ਮੈਂ ਦਿਖਾ ਦਿੰਦਾ ਭਾਜੀ। ਆਹ ਉਧਰ ਉਹ ਮਾਸ਼ਾਅੱਲਾ ਆਪਣੀ ਗੱਡੀ ਭਾਜੀ। ਆਦਰ ਮਿੱਟੀ ਮਿੱਟੀ ਜੀ ਨਜ਼ਰ ਆ ਰਹੀ ਭਾਜੀ, ਬਸ ਉਹ ਬੱਚਿਆਂ ਨੇ ਨਾਲ ਤੁਹਾਨੂੰ ਪਤਾ ਖੇਡਦੇ ਰਹਿੰਦੇ ਵਿੱਚ। ਅੱਛਾ, ਏਡੇ ਗੰਦੇ ਬੱਚੇ ਤੁਹਾਡੇ? ਨਹੀਂ ਉਹ ਬਸ ਦੋ ਬੱਚੇ ਆ ਮੇਰੇ, ਦੋ ਤਿੰਨ। ਅੱਛਾ ਅੱਛਾ, ਆ ਸਹੀ। ਇਹ ਘਰ ਫੈਮਿਲੀ ਵਾਸਤੇ ਭਾਜੀ ਰੱਖੀ ਇਹ ਗੱਡੀ? ਠੀਕ ਲੱਗ ਰਹੀ ਇਹ ਭਾਜੀ, ਮੇਰੇ ਦਾਦੇ ਦੀ ਨਿਸ਼ਾਨੀ ਹੈ ਇਹ। ਇਹ ਜਦੋਂ ਮੈਂ ਗੱਡੀ ਲੈਣ ਗਿਆ ਨਾ, ਸਾਰੀਆਂ ਗੱਡੀਆਂ ਲੱਗੀਆਂ ਸੀ ਤੇ ਮੈਂ ਗੱਡੀ ਲੈਣੀ ਸੀ ਹੋਰ, ਉਹ ਦਾਦਾ ਜੀ ਦੀ ਕਿਤੇ ਨਜ਼ਰ ਪੈ ਗਈ ਇਸ ਗੱਡੀ ਦੀ। ਕਹਿੰਦਾ ਕਾਕਾ ਇਹ ਗੱਡੀ ਲੈਣੀ ਹੈ, ਉਹ ਮੈਂ ਕਿਹਾ ਦਾਦਾ ਜੀ ਗੱਡੀ ਹੋਰ ਵੇਖਣ ਆਏ ਆ, ਲੈ ਤੁਸੀਂ। ਕਹਿੰਦੇ ਜਦ ਮੈਂ ਕਹਿਤਾ ਇਹ ਬੁੱਧ ਮੇਰੀ ਪਹਿਚਾਣ। ਵੈਰੀ, ਉਹਨਾਂ ਦਾ ਦਿਲ ਆ ਗਿਆ। ਹਾਏ ਹਾਏ ਹਾਏ, ਨਹੀਂ ਮੈਨੂੰ ਵੀ ਇਹੀ ਪਸੰਦ ਆਈ। ਕਹਿੰਦਾ ਤੁਸੀਂ ਜਦੋਂ ਇਹਨੂੰ ਵੇਖੋ ਕਹਿੰਦਾ ਤੁਹਾਨੂੰ ਮੈਂ ਯਾਦ ਆ ਜਾਇਆ ਕਰਾਂਗਾ। ਹਾਂ, ਇਹਦਾ ਨੰਬਰ ਹੈ ਨਹੀਂ ਮੈਨੂੰ ਜ਼ਿਆਦਾ, ਉਹ ਨੰਬਰ ਭਾਜੀ ਪਲੇਟ ਬਣਨੀ ਦਿੱਤੀ ਮੈਂ। ਪਲੇਟ? ਹਾਂ, ਵਿੱਚ ਬੋਟੀ ਪਵਾ ਲਈਓ ਪਲੇਟ ਦੇ। ਮੈਂ ਕਹਿੰਦਾ ਇੱਕ ਸੋਟੀ ਰਖਵਾ ਲਈਏ ਤੁਹਾਡੇ ਲਈ, ਜਿੰਨਾ ਖਪਾ ਹੁੰਦਾ ਹੈ। ਕੀ ਗੱਲ ਹੋਈ ਭਾਜੀ? ਹਾਂ, ਅੱਛਾ ਇਹਦਾ ਕਲਰ ਵੀ ਠੀਕ ਆ ਭਾਜੀ? ਜੈਨੂਇਨ ਹੈ ਭਾਜੀ, ਇਹਦਾ ਨਹੀਂ ਕੋਈ ਚੱਕਰ ਚੁੱਕਰ ਕੋਈ ਵੀ। ਠੀਕ, ਇਹ ਆਪਣੇ ਵਾਸਤੇ ਲਈ, ਫੈਮਿਲੀ ਵਾਸਤੇ। ਲੈਟਾਂ ਜੈਨੂਇਨ ਭਾਜੀ? ਹਾਂਜੀ ਹਾਂਜੀ। ਤੇ ਕਿਹਦੇ ਨਾਮ ਆ ਇਹ? ਮੇਰੇ ਨਾਮ ਜੀ। ਤੁਹਾਡੇ ਨਾਮ? ਅਲਹਮਦੁਲਿਲਾ, ਵੈਰੀ ਗੁੱਡ ਭਾਈਆਂ। ਆ ਯਕੀਨ ਕਰੋ ਹੋਰ ਅੱਛਾ ਹੋ ਗਿਆ, ਇੱਕ ਨੰਬਰ ਵੀ ਹੈ ਨਹੀਂ, ਉਹ ਤਾਂ ਤੁਹਾਡੇ ਨਾਮ ਹੈ। ਆ ਮੇਰੇ ਨਾਮ ਜੀ। ਐ ਵੈਰੀ ਗੁੱਡ, ਵੈਰੀ ਗੁੱਡ। ਠੀਕ ਹੈ, ਪਹੁੰਚ ਜਾਣੀ ਉੱਥੇ ਤੱਕ, ਪਹੁੰਚ ਜਾਣੀ। ਇੰਜਣ ਦੀ ਪੋਜੀਸ਼ਨ ਕੀ ਭਾਜੀ? ਛੱਡ ਦਿਓ ਤੁਸੀਂ, ਇਹਦੀ ਤਾਂ ਗੱਲ ਪੁੱਛੋ ਹੀ ਨਾ ਭਾਜੀ, ਜਿਹੜੀ ਗੱਡੀ ਸਾਡੇ ਚਲਾਉਣ ਵਾਲੀ ਉਹ ਕਿੱਦਾਂ ਦੀ ਹੋ ਸਕਦੀ? ਮੈਨੂੰ ਭਾਜੀ ਪਸੰਦ ਵੀ ਇਹੀ ਆਈ, ਇਹਦੀਆਂ ਬੜੀਆਂ ਯਾਦਾਂ ਭਾਜੀ ਗੱਡੀ ਦੀਆਂ। ਅੱਛਾ ਜੀ। ਹਾਂ, ਅਸੀਂ ਸਵਾਦ ਗਏ ਦੋਸਤਾਂ ਦੇ ਨਾਲ, ਤੁਸੀਂ ਯਕੀਨ ਕਰੋਗੇ ਇੱਕ ਤਾਂ ਤੇਲ ਬਹੁਤ ਘੱਟ ਖਾਧਾ ਇਹਨੇ। ਹਾਂ, ਉੱਤੋਂ ਇੰਝ ਹੋਇਆ ਕਿ ਇੱਕ ਜਗ੍ਹਾ ਐਸੀ ਆ ਗਈ, ਪਹਾੜੀ ਇਲਾਕਾ ਸੀ, ਕਿ ਗੱਡੀ ਨੇ ਤਿੰਨ ਬਾਜ਼ੀਆਂ ਖਾਧੀਆਂ ਇਹਨੇ। ਹਾਂਜੀ, ਸ਼ੀਸ਼ਾ ਤੱਕ ਨਹੀਂ ਟੁੱਟਾ ਤੇ ਬੰਦੇ ਨੂੰ ਚਰੀਟ ਤੱਕ ਨਹੀਂ ਆਈ। ਫੇਰ ਸਿੱਧੀ ਹੋ ਗਈ? ਫੇਰ ਸਿੱਧੀ ਹੋ ਗਈ ਭਾਜੀ, ਇਹ ਤਾਂ ਅੱਲਾ ਦਾ ਕਰਮ ਹੀ ਆ। ਬਸ ਇਹ ਮਾਲਕ ਦਾ ਨਜ਼ਾਮ ਹੁੰਦਾ ਨਾ, ਇਸ ਗੱਡੀ ਦਾ ਬੜਾ ਪਿਆਰ ਹੋ ਗਿਆ। ਅੱਛਾ ਜੀ ਭਾਜੀ, ਤਿੰਨ ਕਲਾ ਬਾਜ਼ੀ ਪੈ ਜਿਹੜੀ ਗੱਡੀ ਦੇ ਪੱਲੇ ਰਹਿੰਦਾ ਕੀ? ਮੈਂ ਉਹੀ ਤਾਂ ਦੇਖਣ ਡਿਆ, ਮੇਰਾ ਖਿਆਲ ਆਇਆ ਮੈਂ ਕਿਹਾ ਚਰੀਟ ਤੱਕ ਨਹੀਂ ਆਈ। ਅੱਛਾ ਜੀ, ਹਾਂ ਤਿੰਨਾਂ ਬਾਜ਼ੀਆਂ ਨਾਲ? ਤਿੰਨਾਂ ਬਾਜ਼ੀਆਂ, ਜੇ ਚਾਰ ਪੈਂਦੀਆਂ ਫੇਰ ਆਉਣੀ ਸੀ। ਚਾਰ ਹੁੰਦੀਆਂ ਤੁਸੀਂ ਨਾਲ ਉਹਨੇ, ਮੈਂ ਚਾਰ ਆਪ ਪਵਾ ਕੇ ਤੁਹਾਨੂੰ ਥੱਲੇ ਦੇ ਦੇਣਾ ਸੀ ਟਾਇਰ ਥੱਲੇ। ਨਹੀਂ ਮੈਨੂੰ ਕੱਲ ਹੀ ਭਾਜੀ ਕਰਾ ਦੇਣਾ, ਯਾਨੀ ਅੱਲਾ ਦਾ ਬੜਾ ਕਰਮ ਆ। ਫਿਰ ਮੈਂ ਲੈ ਗਿਆ ਇੱਧਰ ਬਾਲਾ ਕੋਟ ਵਾਲਾ, ਪਹਾੜੀ ਇਲਾਕਾ ਸਾਰਾ ਭਾਜੀ। ਗੱਡੀ ਇੰਜ ਗਈ ਹੈ ਚੜ੍ਹਾਈ ਤੇ? ਹਾਂ ਚੜ੍ਹਾਈ ਤੇ, ਜਿਵੇਂ ਜਿਵੇਂ ਗਈ ਹੈ ਚੜ੍ਹਾਈ, ਗੱਡੀ ਇੰਜ ਕਰ ਕਲਾਬਾਜ਼ੀ ਖਾਧੀ ਹੈ, ਇੱਧਰ ਨੂੰ ਮੂੰਹ ਹੋ ਗਿਆ, ਸਿੱਧੀ ਹੋ ਗਈ, ਅਸੀਂ ਫਿਰ ਵਾਪਸ ਆ ਗਏ, ਚਰੀਟ ਤੱਕ ਨਹੀਂ ਆਈ। ਭਾਜੀ ਇਹ ਜ਼ਿਆਦਾ ਹੀ ਸਿੱਧੀ ਨਹੀਂ ਹੋ ਗਈ? ਭਾਜੀ ਇਹਦੇ ਵਿੱਚ ਲਚਕ ਆ। ਅੱਛਾ ਭਾਜੀ, ਚੇਨੀ ਲਚਕ? ਭਾਜੀ ਗੱਡੀ ਨੇ ਬੜੇ ਇਨਾਮ ਜਿੱਤੇ ਆ। ਅੱਛਾ ਜੀ, ਇੱਕ ਦਿਨ ਅਸੀਂ ਆਏ ਅੰਗਰੇਜ਼ਾਂ ਦੀ ਸ਼ੂਟਿੰਗ ਹੋਣ ਡਈ ਸੀ ਕਿਤੇ, ਹੈਲੀਪੋਰਟ ਤੋਂ ਆਏ ਸੀ ਅਮਰੀਕਾ ਤੋਂ ਇੱਥੇ। ਅੱਛਾ, ਤੇ ਉਹ ਸ਼ੂਟਿੰਗ ਹੋ ਰਹੀ ਸੀ ਤੇ ਉਹ ਅੱਗ ਸੀ ਬਲਦੀ। ਅੱਛਾ, ਉਹਨਾਂ ਨੇ ਕਿਹਾ ਯਾਰ ਅੱਗ ਦੇ ਵਿੱਚੋਂ ਦੀ ਗੱਡੀ ਕੱਢਣੀ ਆ, ਉਹ ਆਪਣੀ ਗੱਡੀ ਤੇ ਵਾੜਨ ਨਾ। ਮੈਂ ਕਿਹਾ ਭਾਜੀ ਮੈਨੂੰ ਕੀ ਦਓਗੇ? ਕਹਿੰਦੇ ਭਾਜੀ ਜੋ ਮੂੰਹ ਮੰਗਿਆ। ਮੈਂ ਗੱਡੀ ਨੂੰ ਕਿਹਾ ਸਲਮ ਮਾਰਿਆ, ਮੈਂ ਨਿਕਲ ਗਿਆ। 2.5 ਘੰਟੇ ਇਹਨੂੰ ਥੱਲੇ ਅੱਗ ਲੱਗੀ ਰਹੀ ਹੈ। 2.5 ਘੰਟੇ? 2.5 ਘੰਟੇ ਪੈਪ ਲਿਆ, ਅੱਗ ਮੈਂ ਬੁਝਾਤੀ ਹੈ, ਟਾਕੀ ਮਾਰੀ ਤਾਂ ਉਦਾਂ ਹੀ ਸਾਫ ਸੀ। ਨਹੀਂ 2.5 ਘੰਟੇ ਭਾਜੀ, ਤੂੰ ਦੇਗ ਰੱਖੀ ਸੀ ਅੱਗ ਦੇ? ਉਹ ਨਹੀਂ ਭਾਜੀ, ਅੱਗ ਲੱਗੀ ਰਹੀ ਇਹਨੂੰ। ਨਹੀਂ ਕਿ ਹਲੀਮ ਰੱਖਿਆ ਸੀ ਪਕਾਉਣ ਵਾਸਤੇ? ਹਲੀਮ ਤੇਰੇ ਸਿਆਣਿਆਂ ਦਾ ਖਤਮ ਤਾਂ ਹੋਣਾ ਸੀ, ਕੈਸੀ ਗੱਲ ਕਰੀ ਜਾਂਦਾ ਭਾਜੀ, ਝੂਠ ਕਾਹਲੀ ਬੋਲੀ ਜਾਂਦਾ। ਉਹ ਨਹੀਂ ਅੱਗ ਨਹੀਂ ਲੱਗੀ ਇਹਨੂੰ, ਅੱਗ ਹੀ ਨਹੀਂ ਲੱਗੀ। ਤੇ ਹੁਣ ਲਾ ਦਿੰਦੇ? ਕਿਉਂ ਹੁਣ ਕਿਉਂ ਲਾ ਦਿੰਦਾ ਤੂੰ? ਨਹੀਂ ਤੁਸੀਂ ਕਹਿੰਦੇ ਅੱਗ ਨਹੀਂ ਲੱਗੀ। ਨਹੀਂ ਹੁਣ ਕਿਉਂ ਲਾ ਦਿੰਦਾ? ਉਦੋਂ ਲੱਗੀ ਨਹੀਂ, ਹੁਣ ਲਾ ਦੇਣੀ।
ਉਦੋਂ ਨਹੀਂ ਲੱਗੀ ਉਹ ਭਾਜੀ ਤੁਹਾਨੂੰ ਦੱਸਿਆ ਬੜੇ ਹਾਦਸਿਆਂ ਚ ਬਚਾਇਆ ਇਹਨਾਂ ਨੇ ਅੱਛਾ ਜੀ ਹਾਂ ਦਾਦਾ ਜੀ ਦੀ ਨਿਸ਼ਾਨੀ ਹੈ ਇਹ ਦਾਦਾ ਜੀ ਕਹਿੰਦੇ ਇਹਨੂੰ ਵੇਚਣਾ ਨਹੀਂ ਵੇਚਣਾ ਨਹੀਂ ਯਾਰ ਮੈਨੂੰ ਹੁਣ ਗੱਡੀ ਇਹ ਪਸੰਦ ਆ ਮੈਂ ਕੋਈ ਲੱਖ ਵੱਧ ਲੈ ਲਾ ਗੱਡੀ ਆ ਚਾਹੀਦੀ ਯਾਰ ਦਾਦਾ ਜੀ ਨੇ ਦਿੱਤੀ ਹੈ ਹੁਣ ਨਹੀਂ ਭਾਜੀ ਕੀ ਹੋ ਗਿਆ ਤੁਹਾਡੇ ਦਾਦਾ ਜੀ ਸਾਡੇ ਵੀ ਦਾਦਾ ਜੀ ਬਜ਼ੁਰਗ ਚਲੋ ਉਹਨਾਂ ਨੂੰ ਕਹਿ ਦਿਓ ਵੀ ਸਾਡਾ ਭਰਾ ਸੀ ਜਿਹੜਾ ਲੈ ਗਿਆ ਸਾਡੇ ਕੋਲ ਤੇ ਗੱਡੀ ਬੱਚਿਆਂ ਵਾਸਤੇ ਤੁਸੀਂ ਲੈਣੀ ਉਹ ਬੱਚੇ ਸਹੀ ਦੱਸੋ ਨਹੀਂ ਮੈਨੂੰ ਸੱਚੀ ਗੱਲ ਕਰੋ ਇਹ ਤੁਹਾਡੇ ਨਾਮ ਪਹਿਲੇ ਦੱਸੋ ਮੇਰੇ ਨਾਮ ਹੈ ਪੱਕੀ ਗੱਲ ਹਾਂ ਭਾਜੀ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਤੁਹਾਡੇ ਤੋਂ ਓਲਾ ਕੋਈ ਨਹੀਂ ਲੇਕਿਨ ਭਾਜੀ ਫਿਰ ਤੁਸੀਂ ਮੈਨੂੰ ਵਾਅਦਾ ਕਰੋ ਗੱਡੀ ਤੁਸੀਂ ਮੈਨੂੰ ਦਊਂਗੇ ਭਾਜੀ ਗੱਡੀ ਤੁਹਾਡੀ ਹੋ ਗਈ ਮੈਂ ਕਹਿ ਪੱਕੀ ਗੱਲ ਹਾਂ ਹਾਂ ਬੰਦੇ ਦੀ ਇੱਕ ਜ਼ਬਾਨ ਹੁੰਦੀ ਮੈਂ ਕਿਹਾ ਤੁਹਾਡੀ ਗੱਡੀ ਹੋ ਗਈ ਭਾਜੀ ਗੱਲ ਪਤਾ ਕੀ ਹੈ ਹਾਂ ਮੈਂ ਮੰਗਿਆ ਸੀ ਭਾਜੀ ਹਰੀਪੁਰ ਅੱਛਾ ਉਹ ਸਾਡੇ ਨਾਲ ਦੂਰੋਂ ਨੇੜੋਂ ਰਿਸ਼ਤੇਦਾਰ ਹੀ ਸੀ ਅੱਛਾ 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 ਠੀਕ ਮੇਰਾ ਕੰਮ ਭਾਜੀ ਉਦੋਂ ਠੀਕ ਠਾਕ ਸੀ ਬਹੁਤ ਅੱਛਾ ਪੈਸੇ ਵੀ ਮੈਂ ਚੰਗੇ ਕਮਾਉਂਦਾ ਸੀ ਹਾਂ ਠੀਕ ਹੈ ਮਹੀਨੇ ਤੱਕ 4-5 ਲੱਖ ਕਮਾਉਂਦਾ ਸੀ ਅੱਛਾ ਉਹ ਭਾਜੀ ਤੁਹਾਨੂੰ ਪਤਾ ਕੰਮਾਂ ਕਰਨ ਦੇ ਹਾਲਾਤ ਖਰਾਬ ਹੋਏ ਹਾਂ ਬਿਲਕੁਲ ਢਿੱਲਾ ਹੋ ਗਿਆ ਕੰਮ ਉਹ ਕੁੜੀ ਵਾਲੇ ਨੇ ਭਾਜੀ ਜਵਾਬ ਦਿੱਤਾ ਉਹਨੂੰ ਕਿ ਮੁੰਡਾ ਤੁਹਾਡਾ ਕੱਖ ਨਹੀਂ ਕਰ ਫਿਰ ਉਹਨਾਂ ਨੇ ਅੱਗੇ ਕਿਤੇ ਰਿਸ਼ਤਾ ਕਰਤਾ ਉਹਨੂੰ ਅੱਛਾ ਤੇ ਹੁਣ 28 ਤਰੀਕ ਨੂੰ ਭਾਜੀ ਕੁੜੀ ਦੀ ਬਰਾਤ ਆ ਰਹੀ ਹੈ ਇੱਥੇ ਉੱਥੇ ਹਰੀਪੁਰ ਹਰੀਪੁਰ ਅੱਛਾ 28 ਤਰੀਕ ਨੂੰ ਉੱਥੇ ਬਰਾਤ ਆ ਰਹੀ ਹੈ ਤੇ ਜਿੱਥੇ ਉਹਨਾਂ ਨੇ ਬਰਾਤ ਦਾ ਇੰਤਜ਼ਾਮ ਕੀਤਾ ਭਾਜੀ ਆ ਗੱਡੀ 'ਚ ਮੈਂ ਬੰਬ ਫਿੱਟ ਕਰਕੇ ਉੱਥੇ ਵੜਨਾ ਹੈ ਤੇ ਮੈਂ ਆਪ ਵੀ ਵਿੱਚ ਸਾਰੇ ਪਾੜ ਦੇਣੇ ਆ ਮੈਂ ਛੱਤਾਂ ਨਾਲ ਲਾ ਦੇਣੇ ਕੋਈ ਤਾਰਾਂ 'ਚ ਫਸਿਆ ਹੋਵੇ ਕੋਈ ਛੱਤ 'ਤੇ ਚੜਿਆ ਹੋਵੇ ਸਾਰੀ ਮੈਂ ਬਰਾਤ ਮੁਕਾ ਦੇਣੀ ਹੈ ਉਹ 300 ਬੰਦਾ ਆਉਣਾ ਉੱਥੇ ਮੈਂ ਕਰ ਦੇਣਾ ਬਲਾਟਾ ਉਹਨਾਂ ਦਾ ਸਾਰਿਆਂ ਦਾ ਆ ਗੱਡੀ ਮੇਰੀ ਬੰਬ ਵਾਸਤੇ ਲਿਜਾ ਭਾਜੀ ਮੈਂ ਕਹਿੰਦਾ ਮੈਂ ਉਡਾ ਦੇਣੇ ਸਾਰੇ ਜਾਣੀ ਮੇਰੀ ਗੱਡੀ 'ਚ ਬੰਬ ਲਾਉਣਾ ਆ ਤੇ ਰਿਸ਼ਤੇਦਾਰ ਸਾਰੇ ਮਾਰਨੇ ਸਾਰੇ ਮਾਰ ਦੇਣੇ ਭਾਜੀ ਗੱਡੀ ਮੇਰੇ ਨਾਂ ਹੈ ਮੇਨਾ ਹੋਈ ਆ ਜ਼ਿਆਦਤੀ ਮੇਰੇ ਹੱਕ ਤੇ ਮਾਰਿਆ ਡਾਕਾ ਜਿਹੜੀ ਤੂੰ ਮੇਨਾ ਕਰਨੇ ਆ ਉਹ ਤੇਰੀ ਸਮਝ ਨਹੀਂ ਆਉਣ ਡਈ ਗੱਡੀ ਮੇਰੇ ਨਾਂ ਆ ਬੰਬ ਤੂੰ ਗੱਡੀ 'ਚ ਲਾਉਣਾ ਆ ਚਲਾਉਣੀ ਤੂੰ ਰਿਸ਼ਤੇਦਾਰਾਂ ਦੇ ਆ ਹੈ ਤੂੰ ਤਾਂ ਮਰ ਜਾਣਾ ਆ ਤੇ ਮੈਨੂੰ ਜਿਹੜਾ ਉਹਨਾਂ ਨੇ ਗੱਡੀ ਪਿੱਛੇ ਬੰਨ ਕੇ ਘੜੀਸਣਾ ਭਾਜੀ ਗੱਡੀ ਪਿੱਛੇ ਕਿੱਥੇ ਘੜੀਸਣਾ ਬਚਣੀ ਨਹੀਂ ਗੱਡੀ ਬਚਣੀ ਨਹੀਂ ਹੈ ਮੈਂ ਤਾਂ ਬਚਣਾ ਕਿ ਨਹੀਂ ਜਿਹਦੇ ਨਾਂ ਆ ਲੱਖ ਲਾਨਤ ਤੇਰੇ ਬਦਲੇ ਤੇ ਤੂੰ ਉੱਦਾਂ ਜਾ ਕੇ ਸੋਟਾ ਮਾਰ ਉਹਨੇ ਦਿਮਾਗ ਪਾੜ ਤੂੰ ਮਾਮਾ ਗੱਡੀ ਦਾ ਬੰਬ ਲਾ ਕੇ ਤੇ ਮੈਨੂੰ ਵੀ ਤੂੰ ਮਰਵਾਉਣਾ ਚਾਹੁੰਦਾ ਭਾਜੀ ਤੁਹਾਨੂੰ ਲੱਖ ਇਸੇ ਲਈ ਤਾਂ ਵੱਧ ਦੇ ਲੱਖ ਕਰ ਜਿੰਨਾ ਲੱਖ ਆ ਮੈਂ ਲੱਖ ਜਿੰਨਾ ਬੰਦਾ ਮੈਂ ਗੱਡੀ ਲੈਣ ਆਇਆ ਤੂੰ ਆਹ ਕਿੰਨੇ ਦੀ ਆ ਆਹ ਕਿੰਨੇ ਦੀ ਆ ਉਹ ਕਿੰਨੇ ਦੀ ਆ ਲਾਉਣਾ ਤੂੰ ਮਾਮਾ ਬੰਬ ਆ ਗੱਡੀ ਦਾ ਤੇ ਤੂੰ ਪਿੱਛੋਂ ਦੁਬਈ ਨਹੀਂ ਜਦ ਤੂੰ ਬੰਬ ਹੀ ਲਾ ਲੈ ਗੱਡੀ ਤੇ ਮੇਰੇ ਨਾਂ ਆ ਮੇਰੇ ਤੇ ਉਹ ਨਿਆਣੇ ਬੰਨ ਲੈਣੇ ਪੁਲਿਸ ਵਾਲਿਆਂ ਨੇ ਤੂੰ ਤਾਂ ਮਰ ਜਾਣਾ ਤੇਰਾ ਹਿਸਾਬ ਵੀ ਹੋ ਜਾਣਾ ਤੂੰ ਤਾਂ ਤਾਰਾਂ ਨਾਲ ਟੰਗਿਆ ਹੋਣਾ ਰਿਸ਼ਤੇਦਾਰਾਂ ਨਾਲ ਤੂੰ ਪਿੱਛੇ ਦੁਬਈ ਨਿਕਲ ਗਈ ਪੈਸੇ ਲੈ ਪਿੱਛੇ ਕਿਦਾਂ ਨਿਕਲ ਜਾਵਾ ਗੱਡੀ ਦੇ ਕਾਗਜ਼ਾਤ ਮੇਰੇ ਨਾਂ ਆਇਆ ਤੇ ਫੇਰ ਕੀ ਹੋਇਆ ਤੇਰੇ ਚੱਲ ਕੰਮ ਕਰ ਜਾ ਕੇ ਮੈਂ ਤੇਰੇ ਮੂੰਹ ਵੱਲ ਵੇਖੀ ਜਾਣ ਡਿਆ ਲੱਖ ਵੱਧ ਲੈ ਲਈ ਤੂੰ ਲੱਖ ਵੱਧ ਲੈ ਲਈ ਬਕਵਾਸ ਕਰਨ ਡਿਆ ਮੈਂ ਗੱਡੀ ਦਾ ਰੰਗ ਬਦਲਾ ਲੂੰਗਾ ਰੰਗ ਬਦਲਾ ਲੂੰਗਾ ਜਿਹੜਾ ਰੰਗ ਸਾਡਾ ਪੁਲਿਸ ਵਾਲਿਆਂ ਨੇ ਬਦਲਾਉਣਾ ਹੈ ਟਾਇਰ ਵੀ ਬਦਲਾ ਲੂੰਗਾ ਟਾਇਰ ਬਦਲਾ ਜੀ ਬਕਵਾਸ ਕਰਨ ਡਿਆ ਜਾਲੀ ਨੰਬਰ ਪਲੇਟ ਲਾ ਲੂੰਗਾ ਤੈਨੂੰ ਮੈਂ ਕਹੀ ਜਾ ਚੱਲ ਜਾ ਤੂੰ ਨਿਕਲ ਜਾ ਚੱਲ ਦਵਾ ਜਾ ਕੁੱਤੇ ਆ ਭਾਜੀ ਲੱਖ ਵੱਧ ਲੈ ਲਈ ਉਹ ਲੱਖ ਤੇਰੀ ਮੈਂ ਮਾਰ ਹੀ ਕਬਰ ਪੱਕੀ ਕਰਾਉਣੀ ਬਾਅਦ ਚ ਪਹਿਲੀ ਲੱਖ ਵੱਧ ਬਗੈਰ ਮੇਰੀ ਬੰਬ ਗੱਡੀ ਨਾਲ ਬੰਬ ਲਾਉਣਾ ਰਿਸ਼ਤੇਦਾਰ ਉਡਾਉਣੇ ਆ ਮੇਰੇ ਤਾਂ ਬੱਚੇ ਲੈ ਜਾਣੇ ਆ ਮੈਂ ਕਿਹਾ ਗੱਡੀ ਪਤਾ ਨਹੀਂ ਕਿਹੜਾ ਗਾਹਕ ਆ ਗਿਆ ਫਿੱਡੇ ਮੂੰਹ ਬੱਚਿਆਂ ਦਾ ਦੁਸ਼ਮਣ ਗੱਡੀ ਮੇਰੀ ਨੂੰ ਬੰਬ ਲਾਉਣਾ ਆ ਤੂੰ ਜਦੋਂ ਗੱਡੀ ਮੇਰੀ ਤਬਾਹ ਹੋ ਰਹੀ ਕਾਗਜ਼ ਮੇਰੇ ਨਾਲ ਤੂੰ ਤਾਂ ਮਰ ਜਾਣਾ ਆ ਅਗਲੇ ਨੇ ਮੈਨੂੰ ਲਈ ਫਿਰਨਾ ਘਟੀਆ ਕਿਸਮ ਦਾ